ਪਿਛਲੇ ਸੰਡੇ ਦਾ ਕਲਾਮ ਕਿਹਨੂੰ ਕਿਹਨੂੰ ਯਾਦ ਹੈ? ਪਿਛਲੇ ਐਤਵਾਰ ਦਾ ਕਲਾਮ ਕਿਹਨੂੰ ਕਿਹਨੂੰ ਯਾਦ ਹੈ? ਜਿਹੜੇ ਲੋਕ ਆਏ ਸੀਗੇ ਉਹਨਾਂ ਨੂੰ ਪਤਾ ਆ ਪਰਮੇਸ਼ਵਰ ਨੇ ਆਪਣੇ ਕਾਰਜਾਂ ਦਿੱਤੀ ਸੀਗੀ ਔਰ ਉਹਨੇ ਆਗਿਆ ਦੀ ਉਲੰਘਣਾ ਕਰ ਦਿੱਤੀ ਸੀਗੀ, ਪਰਮੇਸ਼ਵਰ ਦੇ ਵਚਨ ਤੋਂ ਭਟਕ ਗਿਆ ਸੀਗਾ, ਆਪਣੀ ਇੱਛਾ ਦੇ ਅਨੁਸਾਰ ਚੱਲਣਾ ਜਦੋਂ ਸ਼ੁਰੂ ਹੋਇਆ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਤੂਫਾਨ ਆ ਗਏ, ਬਹੁਤ ਦੁੱਖ ਤਕਲੀਫਾਂ ਆ ਗਈਆਂ। ਜਿਹੜੇ ਲੋਕ ਇਸ ਸੰਡੇ ਨੂੰ ਆਏ ਸੀਗੇ ਉਹਨਾਂ ਨੂੰ ਪਤਾ ਆ। ਹਾਲੇਲੂਇਆ 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 ਹਾਲੇਲੂਇਆ। ਅੱਜ ਕਿਹਨੇ ਜਿਹੜੇ ਤਿਆਰੀ ਦੇ ਵਿੱਚ ਆਇਆ ਪਰਮੇਸ਼ਵਰ ਦੇ ਕਲਾਮ ਨੂੰ ਸੁਣਨ ਦੇ ਲਈ, ਕਿੰਨੇ ਜਣੇ ਸਿਰਫ ਔਰ ਸਿਰਫ ਸੁਣਨ ਦੇ ਲਈ ਆਇਆ? ਮੈਂ ਕਿਹਾ ਕਿੰਨੇ ਜਣੇ ਸਿਰਫ ਸੁਣਨ ਦੇ ਲਈ ਆਇਆ, ਮੰਨਣ ਦੇ ਲਈ ਕਿੰਨੇ ਜਣੇ ਆਇਆ, ਮਨਨ ਕਰਨ ਦੇ ਲਈ ਕਿੰਨੇ ਜਣੇ ਆਏ? ਬੋਲੋ ਹਾਲੇਲੂਇਆ 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 ਹਾਲੇਲੂਇਆ। ਠੰਡ ਕਿੰਨੇ ਜਣਾ ਨੂੰ ਲੱਗ ਗਈ ਆ? ਇਹਦਾ ਕੋਈ ਹੱਲ ਨਹੀਂ ਆ, ਨਾ ਹੀ ਅਸੀਂ ਕੁਛ ਕਰ ਸਕਦੇ ਹਾਂ। ਖਾਣਾ ਬਣਦਿਆਂ ਤੋਂ ਜ਼ਿਆਦਾ ਕੁਛ ਨਹੀਂ ਹੋ ਸਕਦਾ, ਠੰਡ 'ਚ ਗਰਮੀ ਨਹੀਂ ਲੱਗ ਸਕਦੀ, ਠੰਡ 'ਚ ਠੰਡੀ ਲੱਗਣੀ ਆ। ਹਾਲੇਲੂਇਆ ਹਾਲੇਲੂਇਆ। ਆਪਣੇ ਮੋਬਾਈਲ ਫੋਨ ਸਾਈਲੈਂਟ ਤੇ ਲਗਾ ਦਿਓ ਔਰ ਆਪਣੇ ਬੱਚਿਆਂ ਨੂੰ ਆਪਣੇ ਕਾਬੂ 'ਚ ਕਰ ਲਓ, ਕੋਈ ਡਿਸਟਰਬ ਨਾ ਕਰੇ, ਕੋਈ ਹਿਲ ਜੁਲ ਨਾ ਕਰੇ, ਕਿਉਂਕਿ ਅਸੀਂ ਬਹੁਤ ਹੀ ਮਹੱਤਵਪੂਰਨ ਸਮੇਂ ਦੇ ਵਿੱਚ ਆ ਗਏ ਹਾਂ। ਪਰਮੇਸ਼ਵਰ ਦੇ ਕਲਾਮ ਦਾ ਇੱਕ ਸ਼ਬਦ ਬੰਦੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ। ਹਾਲੇਲੂਇਆ ਹਾਲੇਲੂਇਆ। ਲਿਖਿਆ ਉਹ ਹਿਰਦਿਆਂ ਨੂੰ ਛੇਦ ਕੇ ਰੱਖ ਦਿੰਦਾ ਹੈ। ਅਗਰ ਬੰਦਾ ਧਿਆਨ ਦੇ ਨਾਲ ਪੂਰੇ ਅਦਬ ਦੇ ਨਾਲ ਪਰਮੇਸ਼ਵਰ ਦੇ ਕਲਾਮ ਨੂੰ ਸੁਣਦਾ ਆ, ਬੋਲੋ ਹਾਲੇਲੂਇਆ 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 ਹਾਲੇਲੂਇਆ। ਕਿੰਨੇ ਜਣੇ ਤਿਆਰ ਆ? ਸਾਰੇ ਤਿਆਰ ਆ? ਅੱਜ ਆਈਏ ਮੇਰੇ ਨਾਲ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ ਬੜੇ ਅਦਬ ਦੇ ਨਾਲ ਸੁਣੀਏ ਪਰਮੇਸ਼ਵਰ ਦਾ ਪਵਿੱਤਰ ਕਲਾਮ ਕੀ ਆਖਦਾ ਆ। ਤੁਹਾਨੂੰ ਕੁਛ ਸਿਖਾਉਣਾ ਚਾਹੁੰਦਾ ਆ ਪਰਮੇਸ਼ਵਰ ਦੀ ਕਿਰਪਾ ਦੇ ਨਾਲ, ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ, ਕਿ ਖੁਦਾਵੰਦ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਦੇ ਲੋਕ ਪਸੰਦ ਨਹੀਂ ਸੀਗੇ। ਇਹ ਜਿਹੜੇ ਦੋ ਗੱਲਾਂ ਜੀਵਨ ਬਤੀਤ ਕਰਦੇ ਆ, ਖੁਦਾ ਦੇ ਘਰ ਦੇ ਵਿੱਚ ਵੀ ਆ ਰਹੇ ਆ ਔਰ ਰੱਬ ਵੀ ਕਰੇ ਜਾ ਰਹੇ ਆ ਔਰ ਦਿਖਾਵੇ ਦੇ ਲਈ ਦਿਖਾਵਾ ਕਰਦੇ ਆ ਕਿ ਅਸੀਂ ਬਹੁਤ ਪਵਿੱਤਰ ਆ, ਅਸੀਂ ਬਹੁਤ ਇਮਾਨਦਾਰ ਆ, ਅਸੀਂ ਬਹੁਤ ਖੁਦਾ ਦੇ ਵਚਨਾਂ ਦੇ ਉੱਪਰ ਚੱਲਣ ਵਾਲੇ ਆ ਔਰ ਦਿਖਾਵਾ ਕਰਨ ਵਾਲੇ ਪਰਮੇਸ਼ਵਰ ਨੂੰ ਪਸੰਦ ਨਹੀਂ ਆ। ਹੁਣ ਮੈਂ ਤੁਹਾਡੇ ਸਾਹਮਣੇ ਪ੍ਰਚਾਰ ਕਰ ਰਿਹਾ, ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਤੁਹਾਨੂੰ ਕਿ ਮੈਂ ਪਰਮੇਸ਼ਵਰ ਦਾ ਦਾਸ ਹਾਂ, ਮੈਨੂੰ ਪਰਮੇਸ਼ਵਰ ਨੇ ਚੁਣਿਆ ਆ, ਲੇਕਿਨ ਅੰਦਰ ਮੇਰੇ ਪਾਪ ਹੋ ਗਏ ਔਰ ਪਰਮੇਸ਼ਵਰ ਇੱਦਾਂ ਦੇ ਬੰਦੇ ਨੂੰ ਪਸੰਦ ਨਹੀਂ ਕਰਦਾ। ਉਹ ਪਰਫੈਕਟ ਚਾਹੀਦਾ ਬੰਦਾ, ਮੈਂ ਪਹਿਲਾਂ ਵੀ ਦੱਸ ਚੁੱਕਾ ਆ ਕਈ ਵਾਰ, ਮੈਂ ਤੁਹਾਨੂੰ ਅੱਜ ਵੀ ਦੱਸਦਾ ਆ, ਅੱਜ ਤੁਸੀਂ ਮਿਲਾਵਟੀ ਦੁੱਧ ਲੈਣਾ ਪਸੰਦ ਨਹੀਂ ਕਰੋਗੇ। ਅਗਰ ਤੁਸੀਂ ਪਿਓਰ ਦੁੱਧ ਲਓਗੇ ਉਹਦੇ ਵਿੱਚ ਤੁਸੀਂ ਮਲਾਈ ਵੀ ਕੱਢ ਸਕਦੇ ਆ, ਮੱਖਣ ਵੀ ਕੱਢ ਸਕਦੇ ਆ, ਦੇਸੀ ਘਿਓ ਵੀ ਕੱਢ ਸਕਦੇ ਆ ਅਗਰ ਪਿਓਰ ਆ ਤਾਂ। ਇਸੇ ਤਰ੍ਹਾਂ ਪਰਮੇਸ਼ਵਰ ਨੂੰ ਵੀ ਇੱਕ ਪਿਓਰ ਬੰਦਾ ਚਾਹੀਦਾ ਹੈ, ਪਿਓਰਿਟੀ। ਔਰ ਉਹਨੇ ਪਤਾ ਨਹੀਂ ਕਿੱਦਾਂ ਕਿੱਦਾਂ ਤੁਹਾਨੂੰ ਇਸਤੇਮਾਲ ਕਰਨਾ ਆ, ਕਿੱਦਾਂ ਕਿੱਦਾਂ ਆਪਣੇ ਲੋਕਾਂ ਨੂੰ ਛੁਟਕਾਰਾ ਦਿਲਾਉਣਾ ਆ, ਨਸ਼ੇ ਦੇ ਵਿੱਚ ਫਸਿਆ ਨੂੰ, ਬਿਮਾਰੀਆਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ। ਹਾਲੇਲੂਇਆ ਹਾਲੇਲੂਇਆ। ਲੇਕਿਨ ਉਹ ਪਰਫੈਕਟ ਚਾਹੀਦਾ ਆ, ਸਹੀ ਰੀਤੀ ਵਾਲਾ, ਡਬਲ ਜੀਵਨ ਜੀਣ ਵਾਲਾ ਨਹੀਂ, ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖਣ ਵਾਲਾ ਨਹੀਂ, ਇੱਕੋ ਹੀ ਕਿਸ਼ਤੀ ਦੇ ਵਿੱਚ। ਬਾਈਬਲ ਚ ਲਿਖਿਆ ਤੁਸੀਂ ਦੋ ਜਣਿਆਂ ਨੂੰ ਖੁਸ਼ ਨਹੀਂ ਕਰ ਸਕਦੇ, ਇੱਕ ਨੂੰ ਖੁਸ਼ ਕਰ ਸਕਦੇ ਆ, ਜਾਂ ਤਾਂ ਪਰਮੇਸ਼ਵਰ ਨੂੰ ਖੁਸ਼ ਕਰ ਲਓ, ਜਾਂ ਆਪਣੇ ਮਾਤਾ ਪਿਤਾ ਨੂੰ ਖੁਸ਼ ਕਰ ਲਓ, ਜਾਂ ਪਰਮੇਸ਼ਵਰ ਨੂੰ ਖੁਸ਼ ਕਰ ਲਓ ਤੇ ਜਾਂ ਸ਼ੈਤਾਨ ਨੂੰ ਖੁਸ਼ ਕਰ ਲਓ। ਜਿਹੜਾ ਬੰਦਾ ਪਰਮੇਸ਼ਵਰ ਦੇ ਵਿੱਚ ਤੁਹਾਨੂੰ ਵਧਣ ਤੋਂ ਰੋਕਦਾ ਆ, ਪਰਮੇਸ਼ਵਰ ਦੇ ਲੋਕਾਂ ਦੇ ਨਾਲ ਸੰਗਤੀ ਕਰਨ ਤੋਂ ਰੋਕਦੇ ਦਾ ਮਤਲਬ ਉਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ, ਉਹਦੇ ਤੋਂ ਆਪਣਾ ਪਿੱਛਾ ਛੁਡਾਈਏ, ਉਹਦੇ ਨਾਲ ਆਪਣੀ ਸੰਗਤੀ ਘਟਾਈਏ ਔਰ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਆਪਣੀ ਸੰਗਤੀ ਵਧਾਈਏ। ਬੋਲੋ ਹਾਲੇਲੂਇਆ 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 ਹਾਲੇਲੂਇਆ। ਆਈਏ ਮੇਰੇ ਨਾਲ ਚੱਲੀਏ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ। ਉਸ ਟਾਈਮ ਦੇ ਉੱਤੇ ਖੁਦਾਵੰਦ ਯਿਸੂ ਮਸੀਹ ਦੇ ਟਾਈਮ ਦੇ ਉੱਤੇ ਜਿਹੜੇ ਲੋਕ ਸੀਗੇ, ਫਰੀਸੀ ਲੋਕ ਤੇ ਗ੍ਰੰਥੀ ਲੋਕ ਸਿਖਾਉਣ ਵਾਲੇ,
ਜਿਸ ਤਰ੍ਹਾਂ ਜੇ ਮੈਂ ਤੁਹਾਨੂੰ ਸਿਖਾ ਰਿਹਾ ਆ ਇਸੇ ਤਰ੍ਹਾਂ ਸਿਖਾਉਣ ਵਾਲੇ ਸੀਗੇ, ਲੇਕਿਨ ਖੁਦਾਵੰਦ ਦੇ ਯਿਸੂ ਮਸੀਹ ਨੂੰ ਉਹਨਾਂ ਦਾ ਜ਼ਿਕਰ ਪਸੰਦ ਨਹੀਂ ਸੀਗਾ, ਉਹਨਾਂ ਦੀਆਂ ਹਰਕਤਾਂ ਸਹੀ ਨਹੀਂ ਸੀਗੀਆਂ। ਔਰ ਬਾਈਬਲ ਚ ਲਿਖਿਆ ਜਿਹੜਾ ਤੁਹਾਡੇ ਅੰਦਰ ਆਤਮਾ ਆਇਆ ਉਹ ਦਲੇਰੀ ਦਾ ਆਤਮਾ ਆਇਆ। ਕਿਹੜਾ ਆਤਮਾ ਆਇਆ? ਦਲੇਰੀ ਦਾ ਆਤਮਾ ਆਇਆ। ਔਰ ਖੁਦਾਵੰਦ ਦੇ ਯਿਸੂ ਮਸੀਹ ਦੇ ਅੰਦਰ ਇਹੀ ਆਤਮਾ ਸੀਗਾ ਜਿਹੜਾ ਅੱਜ ਤੁਹਾਡੇ ਅੰਦਰ ਕੰਮ ਕਰਦਾ ਆ, ਲੇਕਿਨ ਤੁਹਾਡੇ ਅੰਦਰ ਦਲੇਰੀ ਨਹੀਂ। ਕਿਉਂ? ਕਿਉਂਕਿ ਤੁਸੀਂ ਉਹਨੂੰ ਖੁਰਾਕ ਨਹੀਂ ਦੇ ਰਹੇ। ਅੱਜ ਅਸੀਂ ਚਾਰ ਪੰਜ ਦਿਨ ਖਾਣਾ ਨਾ ਖਾਈਏ ਔਰ ਅਸੀਂ ਸਰੀਰ ਦੇ ਵਿੱਚ ਕਮਜ਼ੋਰ ਹੋ ਜਾਵਾਂਗੇ, ਅਸੀਂ ਜ਼ਿਆਦਾ ਟਾਈਮ ਖੜੇ ਨਹੀਂ ਰਹਿ ਸਕਦੇ ਹਾਂ, ਸਾਡੀਆਂ ਲੱਤਾਂ ਦੁਖਣ ਲੱਗ ਜਾਏਗੀਆਂ, ਸਾਡੀ ਬਾਡੀ ਦਰਦ ਕਰਨ ਲੱਗ ਜਾਏਗੀ। ਕਿਉਂ? ਕਿਉਂਕਿ ਬਾਡੀ ਨੂੰ ਖੁਰਾਕ ਨਹੀਂ ਮਿਲੀ ਆ। ਇਸੇ ਤਰ੍ਹਾਂ ਪਵਿੱਤਰ ਆਤਮਾ ਆ ਜਿਹੜਾ ਕਿ ਪਰਮੇਸ਼ੁਰ ਦੇ ਵੱਲੋਂ ਇੱਕ ਤੋਹਫੇ ਦੇ ਤੌਰ ਤੇ ਬੰਦੇ ਨੂੰ ਮਿਲਦਾ ਆ ਜਦੋਂ ਤੁਸੀਂ ਉਹਨੂੰ ਖੁਰਾਕ ਦੇ ਰਹੇ। ਉਹਦੀ ਖੁਰਾਕ ਆਹ ਰੋਟੀ ਨਹੀਂ ਆ ਜਿਹੜੀ ਤੁਸੀਂ ਖਾਂਦੇ ਆ, ਜਿਹੜਾ ਤੁਸੀਂ ਪਾਣੀ ਪੀਂਦੇ ਉਹਦੀ ਖੁਰਾਕ ਇਹ ਨਹੀਂ ਆ। ਪਵਿੱਤਰ ਆਤਮਾ ਦੀ ਖੁਰਾਕ ਇਹ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਆ ਤਾਂ ਤੁਹਾਡੇ ਬਾਡੀ ਦੇ ਵਿੱਚ ਤੁਹਾਡੇ ਰੂਹ ਦੀ ਸਮਝਾਂ ਚ ਫਿਰ ਮਜ਼ਬੂਤੀ ਹਾਸਲ ਕਰਦਾ ਹੈ। ਜਦੋਂ ਤੁਸੀਂ ਬਾਈਬਲ ਦੇ ਵਿੱਚ ਸਮਾਂ ਬਿਤਾਉਂਦੇ ਆ, ਬਾਈਬਲ ਦੇ ਨਾਲ ਪਰਮੇਸ਼ੁਰ ਦੇ ਨਾਲ ਸੰਗਤੀ ਦੇ ਵਿੱਚ ਰਹਿੰਦੇ ਆ, ਪਵਿੱਤਰ ਆਤਮਾ ਨੂੰ ਖੁਰਾਕ ਮਿਲਦੀ ਰਹਿੰਦੀ ਆ, ਉਹ ਫਿਰ ਤੁਹਾਨੂੰ ਚਲਾਉਣਾ ਸ਼ੁਰੂ ਕਰਦਾ ਆ, ਉਹ ਫਿਰ ਤੁਹਾਨੂੰ ਪਾਪ ਤੋਂ ਬਚਾਉਂਦਾ ਆ, ਉਹ ਫਿਰ ਤੁਹਾਡੇ ਰਾਹਾਂ ਨੂੰ ਬਦਲਦਾ ਆ। ਹਾਲੇਲੂਯਾ 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 ਹਾਲੇਲੂਯਾ। ਕਿੰਨੇ ਜਣੇ ਸਮਝ ਰਹੇ ਆ ਇਹ ਗੱਲ? ਪਵਿੱਤਰ ਆਤਮਾ ਦਾ ਹਾਸਲ ਕਰਨਾ ਬਹੁਤ ਜ਼ਰੂਰੀ ਆ, ਬਿਨਾਂ ਪਵਿੱਤਰ ਆਤਮਾ ਦੇ ਬੰਦਾ ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਆਈਏ ਮੇਰੇ ਨਾਲ ਚੱਲੀਏ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ, ਸੰਤ ਮਤੀ ਦੀ ਅੰਜੀਲ ਉਹਦਾ 3 ਨੰਬਰ ਅਧਿਆਇ। ਮੈਂ ਥੋੜਾ ਵਿੱਚੋਂ ਵਿੱਚ ਤੁਹਾਨੂੰ ਸਿਖਾਉਂਦਾ ਹਾਂ, ਬੱਚੇ ਨੂੰ ਕਾਪੂ ਦੇ ਵਿੱਚ ਕਰੀਏ। ਸੰਤ ਮਤੀ ਦੀ ਅੰਜੀਲ ਉਹਦਾ 3 ਨੰਬਰ ਅਧਿਆਇ ਔਰ ਉਹਦਾ 13 ਨੰਬਰ ਗ੍ਰੰਥੀ ਤੋਂ ਜ਼ਰਾ ਪੜ੍ਹਨਾ ਸ਼ੁਰੂ ਕਰੀਏ। ਬਾਈਬਲ ਦੇ ਵਿੱਚ ਜਦੋਂ ਤੁਸੀਂ ਇਹਨੂੰ ਸਟਾਰਟਿੰਗ ਦੇ ਵਿੱਚ ਪੜ੍ਹੋਗੇ, ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੁਝ ਗੱਲਾਂ ਕਿਹੜੀਆਂ ਸਿੱਖੀਆਂ? ਆਪਣੇ ਘਰ ਜਾ ਕੇ ਪੜ੍ਹ ਲੈਣਾ। ਲਿਖਿਆ ਸੀਗਾ ਕਿ ਜੇ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਆਖਦੇ, ਜਿਹੜੇ ਗ੍ਰੰਥੀ ਤੇ ਫਰੀਸੀ ਆ, ਇਹ ਜਿਹੜੇ ਲੋਕ ਆ, ਇਹ ਮੂਸਾ ਦੀ ਗੱਦੀ ਦੇ ਉੱਤੇ ਬੈਠੇ ਹੋਏ ਆ, ਮੂਸਾ ਨੇ ਜੋ ਗੱਲਾਂ ਕਹੀਆਂ ਹੋਈਆਂ ਆ ਉਹਨਾਂ ਦੀ ਸਿੱਖਿਆ ਦੇ ਰਹੇ ਆ ਲੋਕਾਂ ਨੂੰ। ਔਰ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਉਹ ਜੋ ਕਹਿੰਦੇ ਆ ਉਹਨਾਂ ਨੂੰ ਮੰਨੋ, ਪਰ ਉਹਨਾਂ ਜਿਹੇ ਕੰਮ ਨਾ ਕਰੋ। ਬੋਲੋ ਹਾਲੇਲੂਯਾ। ਕਿਉਂ ਕਿਹਾ ਸੀਗਾ? ਕਿ ਜੋ ਗੱਲਾਂ ਜਿੱਦਾਂ ਹੁਣ ਮੈਂ ਤੁਹਾਨੂੰ ਸਿਖਾ ਰਿਹਾ ਆ, ਮੈਂ ਤੁਹਾਨੂੰ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਦੱਸ ਰਿਹਾ ਆ, ਯਿਸੂ ਮਸੀਹ ਨੇ ਕਿਹਾ ਸੀ ਕਲਾਮ ਦੇ ਵਿੱਚੋਂ ਜੋ ਦੱਸਦੇ ਆ ਉਹਨੂੰ ਮੰਨਣਾ, ਲੇਕਿਨ ਜੋ ਉਹਨਾਂ ਦਾ ਜੀਵਨ ਆ, ਜੋ ਉਹਨਾਂ ਦਾ ਚਾਲ ਚੱਲਣ ਆ, ਉਹਨੂੰ ਨਹੀਂ ਅਪਣਾਉਣਾ। ਗ੍ਰੰਥੀਆਂ ਦੇ ਫਰੀਸੀਆਂ ਦਾ ਉਸ ਟਾਈਮ ਦੇ ਉੱਪਰ। ਹਾਲੇਲੂਯਾ ਹਾਲੇਲੂਯਾ। ਕਿੰਨੇ ਜਣੇ ਸਮਝ ਰਹੇ ਆ? ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀਗਾ ਕਿ ਜੋ ਕੁਝ ਤੈਨੂੰ ਦੱਸਣ ਜਾਂ ਸਮਝਾਉਣ, ਉਹਦੀ ਪਾਲਣਾ ਕਰਨਾ, ਉਹਨੂੰ ਮੰਨ ਲੈਣਾ, ਪਰ ਉਹਨਾਂ ਜਿਹੇ ਕੰਮ ਨਾ ਕਰਨਾ, ਕਿਉਂਕਿ ਉਹ ਦਿਖਾਵੇ ਦੇ ਲਈ ਕਰਦੇ ਆ ਕਿ ਅਸੀਂ ਬਹੁਤ ਪਵਿੱਤਰ ਹਾਂ, ਅਸੀਂ ਬਹੁਤ ਰੱਬ ਦਾ ਕੰਮ ਕਰਦੇ ਹਾਂ, ਅਸੀਂ ਚਰਚ ਜਾਂਦੇ ਹਾਂ, ਸਾਡੇ ਖੁਦਾ ਦੇ ਨਾਲ ਗੱਲਬਾਤ ਆ, ਪ੍ਰਭੂ ਸਾਡੇ ਨਾਲ ਗੱਲਾਂ ਕਰਦਾ, ਖੁਦਾ ਦਾ ਪਵਿੱਤਰ ਆਤਮਾ ਸਾਡੇ ਨਾਲ ਸਾਨੂੰ ਸਿਖਾਉਂਦਾ ਆ, ਸਾਨੂੰ ਕਿਸੇ ਦੇ ਬਾਰੇ ਦੱਸਦਾ ਆ, ਲੇਕਿਨ ਉਹਨਾਂ ਦਾ ਜਿਹੜਾ ਜੀਵਨ ਆ ਉਹ ਪਰਮੇਸ਼ੁਰ ਨੂੰ ਪਸੰਦ। ਉਹ ਲੋਕਾਂ ਨੂੰ ਇਸੇ ਤਰ੍ਹਾਂ ਕਹਿ ਕੇ ਦੱਸ ਸਕਦੇ ਆ, ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਆ ਕਿ ਖੁਦਾ ਸਾਡੇ ਨਾਲ ਗੱਲ ਕਰਦਾ ਆ, ਪ੍ਰਭੂ ਸਾਡੇ ਨਾਲ ਗੱਲ ਕਰਦਾ ਆ ਤੁਹਾਡੇ ਬਾਰੇ। ਲੇਕਿਨ ਖੁਦਾ ਇਸ ਤਰ੍ਹਾਂ ਦੇ ਬੰਦੇ ਤੋਂ, ਉਹਦੇ ਜੀਵਨ ਤੋਂ ਖੁਦਾ ਖੁਸ਼ ਹੈ, ਜਿਸ ਜੀਵਨ ਦੇ ਵਿੱਚ ਪ੍ਰਾਰਥਨਾ ਨਹੀਂ ਆ, ਜਿਸ ਜੀਵਨ ਦੇ ਵਿੱਚ ਬਾਈਬਲ ਨਹੀਂ ਆ, ਜਿਸ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਨਾਲ ਸੰਗਤੀ ਨਹੀਂ ਆ, ਉਹ ਜਿਹੜਾ ਦੋ ਗੱਲਾਂ ਜੀਵਨ ਬਤੀਤ ਕਰਦਾ ਆ ਪਰਮੇਸ਼ੁਰ ਨੂੰ ਪਸੰਦ। ਬਾਈਬਲ ਚ ਲਿਖਿਆ ਵੀ ਗਾ, ਮੈਂ ਤੁਹਾਨੂੰ ਉਹਨਾਂ ਬਾਈਬਲ ਦੇ ਵਿੱਚ ਉਹਨਾਂ ਲੋਕਾਂ ਦੀ ਜ਼ਿੰਦਗੀਆਂ ਦੇ ਵੱਲ ਧਿਆਨ ਦਿਵਾਉਣਾ ਚਾਹੁੰਦਾ ਆ ਜਿਹੜੇ ਲੋਕ ਨਸ਼ਾ ਵੀ ਕਰੀ ਜਾ ਰਹੇ ਆ, ਉਹ ਪ੍ਰਭੂ ਦੇ ਕਦਮਾਂ ਦੇ ਵਿੱਚ ਵੀ ਆਈ ਜਾ ਰਹੇ ਆ, ਚਰਚ ਵੀ ਆਈ ਜਾ ਰਹੇ, ਗਾਲਾਂ ਵੀ ਕੱਢੀ ਜਾਂਦੇ ਪਏ ਆ। ਪਤਾ ਵੀ ਆ ਕਿ ਬਾਈਬਲ ਦੇ ਵਿੱਚ ਲਿਖਿਆ ਆ ਗਾਲਾਂ ਕੱਢਣੀਆਂ ਪਾਪ ਆ, ਗਾਲਾਂ ਕੱਢਣ ਵਾਲਾ ਬੰਦਾ ਸਵਰਗ ਤੇ ਜਾ ਨਹੀਂ ਸਕਦਾ, ਝੂਠ ਬੋਲਣ ਵਾਲਾ ਬੰਦਾ ਸਵਰਗ ਤੇ ਜਾ ਨਹੀਂ ਸਕਦਾ, ਨਸ਼ਾ ਕਰਨ ਵਾਲਾ ਬੰਦਾ ਜਾ ਨਹੀਂ ਸਕਦਾ, ਬੁਰਾ ਦੇਖਣ ਵਾਲਾ ਬੰਦਾ ਸਵਰਗ ਤੇ ਜਾ ਨਹੀਂ ਸਕਦਾ। ਇਹ ਜਿਹੜਾ ਤੁਸੀਂ ਹਰ ਸੰਡੇ ਆਉਂਦੇ ਆ, ਹਰ ਵੀਰਵਾਰ ਆਉਂਦੇ ਆ, ਹਰ ਮੰਗਲਵਾਰ ਆਉਂਦੇ ਆ, ਇਹ ਪਰਫੈਕਟ ਹੋਣ ਦੇ ਲਈ ਆਉਂਦੇ ਆ ਕਿ ਆਓ ਪਰਮੇਸ਼ੁਰ ਦੇ ਅੱਗੇ ਆਪਣੀਆਂ ਕਮਜ਼ੋਰੀਆਂ ਨੂੰ ਰੱਖੋ ਔਰ ਆਪਣੀ ਆਜ਼ਾਦੀ ਨੂੰ ਪ੍ਰਭੂ ਤੋਂ ਲੋ ਬੋਲੋ ਹਾਲੇਲੂਯਾ 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 ਹਾਲੇਲੂਯਾ। ਕਿਹੜਾ ਬੰਦਾ ਆਜ਼ਾਦੀ ਨੂੰ ਲੈਂਦਾ ਜਿਹੜਾ ਆਪਣੀ ਪ੍ਰੋਬਲਮ ਨੂੰ ਪ੍ਰਭੂ ਦੇ ਅੱਗੇ ਰੱਖਦਾ ਹੈ?
ਔਰ ਜਿਹੜਾ ਆਉਂਦਾ ਆ ਔਰ ਆ ਕੇ ਸਿਰਫ ਇੱਧਰ ਉੱਧਰ ਦੇਖ ਕੇ ਤੇ ਚਲਾ ਜਾਂਦਾ ਉਹ ਪ੍ਰੋਬਲਮ ਦੇ ਵਿੱਚ ਹੀ ਰਹੇਗਾ। ਉਹ ਕਦੇ ਵੀ ਆਪਣੀ ਬਿਮਾਰੀ ਤੋਂ ਛੁਟਕਾਰਾ ਨਹੀਂ ਪਾਏਗਾ, ਉਹ ਸਿਰਫ ਟਾਈਮ ਪਾਸ ਕਰਨ ਦੇ ਲਈ ਆਇਆ ਔਰ ਆਪਣੀ ਬਿਮਾਰੀ ਦੇ ਵਿੱਚ ਹੀ ਰਹੇਗਾ। ਜਿੱਦਾਂ ਬਾਈ ਤੋਂ ਲੱਗਦਾ ਆ, ਜਿੱਦਾਂ ਪਵਿੱਤਰ ਆਤਮਾ ਸਾਨੂੰ ਸਿਖਾਉਂਦਾ ਆ, ਜਦੋਂ ਤੁਸੀਂ ਉਦਾਂ ਕਰਨਾ ਸ਼ੁਰੂ ਹੋ ਜਾਓਗੇ, ਉਦਾਂ ਚੱਲਣਾ ਸ਼ੁਰੂ ਹੋ ਜਾਓਗੇ, ਤੇ ਡੈਫੀਨੇਟਲੀ ਤੁਹਾਡੇ ਜੀਵਨ ਦੇ ਵਿੱਚ ਮਿਰੈਕਲ ਹੋਣਾ ਸ਼ੁਰੂ ਹੋ ਜਾਏਗਾ। ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਚਮਤਕਾਰ ਉਦੋਂ ਬੰਦੇ ਦੇ ਜੀਵਨ ਦੇ ਵਿੱਚ ਹੁੰਦਾ ਜਦੋਂ ਬੰਦਾ ਯੋਗ ਬਣ ਜਾਂਦਾ ਆ। ਸਿੱਧਾ ਹੀ ਆ ਕੇ ਸਿੱਧੇ ਚਮਤਕਾਰ ਹੋ ਜਾਵੇ ਐਡਾ ਨਹੀਂ ਆ, ਜੇ ਇੱਡੇ ਚਮਤਕਾਰ ਹੋ ਜਾਵੇ ਤੁਸੀਂ ਪਾਪ ਨਹੀਂ ਛੱਡ ਸਕਦੇ। ਪਹਿਲਾਂ ਪਰਮੇਸ਼ਵਰ ਨੇ ਤੁਹਾਨੂੰ ਪਰਫੈਕਟ ਕਰਨਾ ਹੈ, ਪਹਿਲਾਂ ਪਰਮੇਸ਼ਵਰ ਨੇ ਤੁਹਾਨੂੰ ਯੋਗ ਬਣਾਉਣਾ ਹੈ ਕਿ ਮੈਂ ਕਿੱਦਾਂ ਦਾ ਬੰਦਾ ਚਾਹੁੰਦਾ ਹਾਂ। ਪਰਮੇਸ਼ਵਰ ਨੇ ਪਹਿਲਾਂ ਤੁਹਾਨੂੰ ਪਰਫੈਕਟ ਕਰਨਾ ਹੈ ਬਾਈਬਲ ਪੜ੍ਹਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ ਔਰ ਸੰਗਤੀ ਕਰਨ ਦੇ ਵਿੱਚ। ਜਦੋਂ ਤੁਸੀਂ ਬਿਲਕੁਲ ਪਰਫੈਕਟ ਹੋ ਗਏ, ਖੁਦਾ ਦੀ ਇੱਜ਼ਤ ਕਰਨ ਵਾਲੇ ਹੋ ਗਏ, ਪਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕਰਨ ਵਾਲੇ ਹੋ ਗਏ ਔਰ ਉਹਦੀ ਕਦਰ ਕਰਨ ਵਾਲੇ ਹੋ ਗਏ, ਫਿਰ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋਏਗਾ। ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਆਈਏ ਮੇਰੇ ਨਾਲ ਚੱਲੀਏ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ। ਸੰਤ ਮਤੀ ਦੀ ਅੰਜੀਲ 3 ਨੰਬਰ ਅਧਿਆਏ ਔਰ ਉਹਦਾ 13 ਨੰਬਰ ਪੰਕਤੀ ਤੋਂ ਸਾਰਾ ਪੜ੍ਹਨਾ ਸ਼ੁਰੂ ਕਰੀਏ ਔਰ ਸੁਣਨ ਵਾਲੇ ਬੜੇ ਧਿਆਨ ਦੇ ਨਾਲ ਸੁਣਨਾ ਪਰਮੇਸ਼ਵਰ ਦਾ ਕਲਾਮ ਔਰ ਉਹਦਾ ਆਤਮਾ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ। ਹਾਂਜੀ ਔਰ ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਹਾਂਜੀ ਤੁਹਾਡੇ ਉੱਤੇ ਹਾਏ ਹਾਏ, ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਹਾਂਜੀ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਹਾਂਜੀ ਕਿਉਂ ਜੋ ਉਸ ਵੀ ਨਾ ਆਪ ਵੜਦੇ, ਹਾਂਜੀ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। ਹਾਲੇਲੂਇਆ ਹਾਲੇਲੂਇਆ। ਕੌਣ ਗੱਲ ਕਰ ਰਿਹਾ ਹੈ? ਕੌਣ ਗੱਲ ਕਰ ਰਿਹਾ? ਖੁਦਾਵੰਦ ਯਿਸੂ ਮਸੀਹ ਗੱਲ ਕਰ ਰਿਹਾ। ਕਿਹਨਾਂ ਲੋਕਾਂ ਦੇ ਨਾਲ ਗੱਲ ਕਰ ਰਿਹਾ? ਫਰੀਸੀ ਤੇ ਗ੍ਰੰਥੀ ਲੋਕਾਂ ਦੇ ਨਾਲ, ਸਿਖਾਉਣ ਵਾਲੇ ਲੋਕਾਂ ਦੇ ਨਾਲ। ਜਿੱਦਾਂ ਅੱਜ ਮੈਂ ਤੁਹਾਨੂੰ ਕਹਾਂ ਕਿ ਖੁਦਾ ਮੈਂ ਸਿਖਾ ਰਿਹਾ, ਮੇਰੇ ਨਾਲ ਗੱਲ ਕਰ ਰਿਹਾ, ਸਿੱਧਾ ਹੀ ਯਿਸੂ ਮਸੀਹ ਦੇ ਅੰਦਰ ਜਿਹੜਾ ਆਤਮਾ ਸੀਗਾ ਉਹ ਦਲੇਰੀ ਦਾ ਆਤਮਾ ਸੀਗਾ ਔਰ ਭਰਪੂਰੀ ਦੇ ਵਿੱਚ ਸੀਗਾ। ਬਾਈਬਲ 'ਚ ਲਿਖਿਆ ਖੁਦਾਵੰਦ ਯਿਸੂ ਮਸੀਹ ਦੇ ਅੰਦਰ ਜਦੋਂ ਪਵਿੱਤਰ ਆਤਮਾ ਆਇਆ ਔਰ ਉਹ ਦਿਨ ਪ੍ਰਤੀ ਦਿਨ ਪ੍ਰਭੂ ਦੇ ਵਿੱਚ ਅੱਗੇ ਵੱਧਦੇ ਗਏ ਵੱਧਦੇ ਗਏ ਔਰ ਉਹ ਆਤਮਾ ਦੇ ਵਿੱਚ ਭਰਪੂਰ ਹੋ ਗਏ। ਇੱਦਾਂ ਲਿਖਿਆ ਬਾਈਬਲ ਦੇ ਵਿੱਚ, ਆਤਮਾ ਦੇ ਵਿੱਚ ਭਰਪੂਰ ਹੋ ਗਏ। ਔਰ ਫਿਰ ਉਹ ਆਤਮਾ ਜਿਹੜਾ ਆ ਇੱਦਾਂ ਦਲੇਰੀ ਦੇ ਨਾਲ ਗੱਲ ਕਰਦਾ, ਸਾਹਮਣੇ ਵਿਰੋਧੀ ਆ ਉਹਨੂੰ ਕਹਿ ਰਿਹਾ ਹੇ ਕਪਟੀਓ, ਉਹਨੂੰ ਨੀ ਕਹਿ ਰਿਹਾ। ਯਿਸੂ ਮਸੀਹ ਸਿੱਧਾ ਹੀ ਆਪਣੇ ਵਿਰੋਧੀਆਂ ਨੂੰ ਆਖਦੇ ਪਿਆ ਜਿਹੜੇ ਦੋ ਗਲਾ ਜੀਵਨ ਬਤੀਤ ਕਰਦੇ ਪਏ। ਕਿਉਂ ਬੋਲਦੇ ਪਏ? ਕਿਉਂਕਿ ਦਲੇਰੀ ਵਾਲਾ ਆਤਮਾ ਅੰਦਰ ਕੰਮ ਕਰਦਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਇੱਕ ਛੋਟੀ ਜਿਹੀ ਪ੍ਰਾਰਥਨਾ ਕਰੀਏ। ਅੱਜ ਦੇ ਪਵਿੱਤਰ ਕਲਾਮ ਦੇ ਉੱਤੇ ਮਨਨ ਕਰਨ ਵਾਲਾ ਮਨ ਮੰਗੀਏ, ਦੁਆ ਕਰੀਏ ਵੀ ਪ੍ਰਭੂ ਦੇ ਅੱਗੇ ਪਵਿੱਤਰ ਕਲਾਮ ਦਾ ਤਰਜਮਾ ਤੁਹਾਡੇ ਵੱਲੋਂ ਹੋਵੇ, ਤੁਹਾਡਾ ਪਵਿੱਤਰ ਆਤਮਾ ਸਾਡੇ ਸਭਨਾਂ ਦੀ ਮਦਦ ਕਰੇ, ਤਾਂ ਜੋ ਪਵਿੱਤਰ ਕਲਾਮ ਅਸੀਂ ਸੁਣੀਏ ਸਮਝੀਏ ਤੇ ਉਹਦੇ ਮੁਤਾਬਿਕ ਆਪਣਾ ਜੀਵਨ ਬਤੀਤ ਕਰੀਏ। ਜੋ ਕੁਛ ਮੰਗਿਆ ਸਭ ਪੂਰਾ ਹੋਇਆ ਪ੍ਰਭੂ ਯਿਸੂ ਨਾਜ਼ਰੀ ਦੇ ਨਾਮ ਦੇ ਵਿੱਚ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪੜ੍ਹੀ ਜਨਾ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਕੀ ਲਿਖਿਆ ਸੁਣੀਏ ਬੜੇ ਧਿਆਨ ਦੇ ਨਾਲ। ਪਰ ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਹਾਂਜੀ ਤੁਹਾਡੇ ਉੱਤੇ ਹਾਏ ਹਾਏ, ਹਾਂਜੀ ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਲਿਖਿਆ। ਹੇ ਕਪਟੀ ਗ੍ਰੰਥੀਓ ਤੇ ਫਰੀਸੀਓ ਤੁਹਾਡੇ ਉੱਤੇ ਹਾਏ ਹਾਏ। ਯਿਸੂ ਮਸੀਹ ਨੇ 7 ਵਾਰੀ ਉਹਨਾਂ ਦੇ ਉੱਤੇ ਹਾਏ ਹਾਏ ਬੋਲਿਆ ਆ, 7 ਵਾਰੀ ਉਹਨਾਂ ਨੂੰ ਸ਼ਰਮਿੰਦਾ ਕੀਤਾ ਆ। ਜਿਹੜਾ ਸਮਝਦਾਰ ਬੰਦਾ ਹੁੰਦਾ ਆ, ਅਕਲਮੰਦ ਹੁੰਦਾ ਆ, ਔਰ ਉਹ ਇੱਕ ਵਾਰੀ ਸਮਝਾ ਰਹੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਆ, ਸਮਝਦਾਰ ਦੇ ਉੱਪਰ ਇੱਕੋ ਹੀ ਧਾੜ ਕਾਫੀ ਆ। ਇੱਕ ਵਾਰੀ ਸਮਝਦਾਰ ਨੂੰ ਡਾਂਟ ਦਿਓ ਕਿ ਤੂੰ ਆ ਗਲਤੀ ਕੀਤੀ ਆ, ਦੁਬਾਰਾ ਉਹ ਗਲਤੀ ਬੇਵਕੂਫ ਬੰਦੇ ਨੂੰ ਭਾਵੇਂ 100 ਵਾਰੀ ਸਮਝਾ ਦਿਓ ਫਿਰ ਉਹੀ ਗਲਤੀ ਕਰੇ।
ਮੂਰਖ ਬੰਦੇ ਨੂੰ ਜਿੰਨੀ ਵਾਰ ਮਰਜ਼ੀ ਡਾਂਟੀ ਚਲੋ, ਜਿੰਨੀ ਵਾਰ ਮਰਜ਼ੀ ਉਸ ਗਲਤੀ ਤੋਂ ਡਾਂਟੀ ਚਲੋ, ਜਦੋਂ ਕਹੀ ਚਲੋ, ਉਹ ਕਦੇ ਵੀ ਮੰਨੇਗਾ ਨਹੀਂ, ਕਿਉਂਕਿ ਉਹ ਮੂਰਖ ਹੈ। ਬਾਈਬਲ ਚ ਲਿਖਿਆ ਮੂਰਖ ਦੇ ਉੱਤੇ 100 ਡੰਡੇ ਮਾਰ ਲਓ ਔਰ ਸਮਝਦਾਰ ਦੇ ਉੱਪਰ 1 ਡੰਡਾ ਮਾਰ ਲਓ। ਸਾਡੇ ਉੱਤੇ ਪਰਮੇਸ਼ਵਰ ਦਾ ਆਤਮਾ ਜਿਹੜਾ ਸ਼ੋਕਿਤ ਤਾਂ ਨਹੀਂ, ਨਾਰਾਜ਼ ਤਾਂ ਨਹੀਂ, ਖੁਦਾਵੰਦ ਯਿਸੂ ਮਸੀਹ ਕਿਤੇ ਸਾਡੇ ਤੋਂ ਨਾਰਾਜ਼ ਤਾਂ ਨਹੀਂ, ਸਾਡੀਆਂ ਹਰਕਤਾਂ ਤੋਂ ਨਾਰਾਜ਼ ਤਾਂ ਨਹੀਂ, ਸਾਡੇ ਜੀਵਨ ਤੋਂ, ਸਾਡੇ ਚਾਲ ਚੱਲਣ ਤੋਂ ਪਰਮੇਸ਼ਵਰ ਕਿਤੇ ਨਾਰਾਜ਼ ਤਾਂ ਨਹੀਂ ਹੈ। ਅੱਜ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਗੌਰ ਕਰਨਾ ਇਸਦੇ ਕਲਾਮ ਦੇ ਵੱਲ ਔਰ ਉਹਦੇ ਮੁਤਾਬਿਕ ਆਪਣਾ ਜੀਵਨ ਚਲਾਉਣ ਦੀ ਕੋਸ਼ਿਸ਼ ਕਰਨਾ, ਤਾਂ ਜੋ ਪਰਮੇਸ਼ਵਰ ਤੁਹਾਨੂੰ ਦੀ ਆਸ਼ੀਸ਼ ਔਰ ਉਹਦੀ ਬਰਕਤ ਦੇ ਸਕੇ, ਸਾਡੀ ਕੱਲੀ ਸੀ ਅਮਲ ਦੇ ਆਮੇ। ਹਾਲੇਲੂਇਆ ਹਾਲੇਲੂਇਆ। ਲਿਖਿਆ ਹੈ ਕਪੀ ਤੇ ਗਰੰਥੀਓ ਤੁਹਾਡੇ ਉੱਤੇ ਹਾਏ ਹਾਏ, ਇਸ ਲਈ ਜੋ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਵੀ ਬੰਦ ਕਰਦੇ ਹੋ। ਹਾਂਜੀ, ਕਿਉਂ ਜੋ ਹੁਕਮ ਵਿੱਚ ਨਾ ਆਪ ਵੜਦੇ, ਕਿਉਂ ਜੋ ਨਾ ਤਾਂ ਤੁਸੀਂ ਸਵਰਗ ਦੇ ਰਾਹ ਦੇ ਵਿੱਚ ਆਪ ਜਾਂਦੇ ਆ, ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ, ਨਾ ਜਿਹੜੇ ਵੜਨ ਵਾਲੇ ਆ ਨਾ ਤੁਸੀਂ ਉਹਨਾਂ ਨੂੰ ਵੜਨ ਦਿੰਦੇ ਆ, ਇਸੇ ਲਈ ਯਿਸੂ ਮਸੀਹ ਨੇ ਬੋਲਿਆ ਸੀਗਾ ਤੁਹਾਡੇ ਉੱਤੇ ਹਾਏ ਹਾਏ। ਇੱਕ ਬੰਦੇ ਨੂੰ ਮੈਂ ਮੇਰਾ ਜੀਵਨ ਜਿਹੜਾ ਆ ਗ੍ਰੰਥੀਆਂ ਦੇ ਫਰੀਸੀਆਂ ਦੀ ਤਰ੍ਹਾਂ ਆ, ਮੈਂ ਦਿਖਾਵੇ ਦੇ ਲਈ ਬਹੁਤ ਤੁਹਾਨੂੰ ਦਿਖਾਵਾ ਕਰ ਰਿਹਾ ਕਿ ਮੈਂ ਪ੍ਰਭੂ ਦੇ ਵਿੱਚ ਬਹੁਤ ਵਫਾਦਾਰ ਆ, ਪ੍ਰਭੂ ਦੇ ਵਿੱਚ ਬਹੁਤ ਇਮਾਨਦਾਰ ਆ, ਪ੍ਰਭੂ ਦੇ ਡਰ ਤੇ ਪ੍ਰਭੂ ਦੇ ਪਿਆਰ ਦੇ ਵਿੱਚ ਰਹਿੰਦਾ ਆ, ਲੇਕਿਨ ਇਸ ਤੋਂ ਬਾਅਦ ਜਿਹੜਾ ਮੇਰਾ ਜੀਵਨ ਆ, ਸੰਡੇ ਤੋਂ ਬਾਅਦ ਜਿਹੜਾ ਮੇਰਾ ਜੀਵਨ ਆ, ਉਹ ਪਾਪ ਦੇ ਵਿੱਚ ਭਰਿਆ ਹੋਵੇ, ਉਹ ਬੁਰਾਈ ਦੇ ਵਿੱਚ ਭਰਿਆ ਹੋਵੇ, ਔਰ ਮੈਂ ਬਿਮਾਰੀ ਦੇ ਵਿੱਚ ਹੋਵਾਂ ਔਰ ਮੈਨੂੰ ਚੰਗਿਆਈ ਨਾ ਮਿਲੀ ਹੋਵੇ, ਔਰ ਮੈਂ ਕਿਸੇ ਨੂੰ ਕਹਾਂ ਕਿ ਤੁਸੀਂ ਬਿਮਾਰ ਆ, ਆ ਜਾਓ ਪ੍ਰਭੂ ਦੇ ਘਰ ਦੇ ਵਿੱਚ, ਤੁਹਾਨੂੰ ਚੰਗਿਆਈ ਮਿਲੂਗੀ। ਬਿਮਾਰ ਬੰਦਾ ਕਹਿ ਸਕਦਾ ਕਿਸੇ ਨੂੰ? ਔਰ ਇੱਕ ਬੰਦੇ ਨੂੰ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਪ੍ਰਭੂ ਦੇ ਘਰ ਦੇ ਵਿੱਚ ਆਓ, ਆਪਣੀ ਬਿਮਾਰੀ ਤੋਂ ਛੁਟਕਾਰਾ ਲਵੋ, ਆਪਣੀ ਪਰੇਸ਼ਾਨੀਆਂ ਤੋਂ ਆਜ਼ਾਦੀ ਦੇ ਵਿੱਚ ਆ ਜਾਓ। ਉਹ ਜਦੋਂ ਬੰਦਾ ਉਹ ਆਉਂਦਾ ਹੈ, ਯਿਸੂ ਮਸੀਹ ਨੇ ਜੋ ਸਮਝਾਇਆ ਇਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ, ਸੁਣੀ ਬੜੇ ਧਿਆਨ ਦੇ ਨਾਲ, ਜਦੋਂ ਉਹ ਬੰਦਾ ਪ੍ਰਭੂ ਦੇ ਘਰ ਦੇ ਵਿੱਚ ਆ ਗਿਆ, ਉਹ ਚੱਲਣਾ ਸ਼ੁਰੂ ਹੋ ਜਾਂਦਾ ਆ, ਲੇਕਿਨ ਜਦੋਂ ਉਹ ਮੇਰਾ ਪਰਸਨਲ ਜੀਵਨ ਦੇਖਦਾ ਆ, ਫਿਰ ਉਹ ਕਹਿੰਦਾ ਆ, ਫਿਰ ਉਹ ਠੋਕਰ ਲੱਗਦੀ ਆ, ਫਿਰ ਉਹ ਕਹਿੰਦਾ ਹੈ ਕਿ ਮਸੀਹ ਜੀਵਨ ਇਸ ਤਰ੍ਹਾਂ ਦਾ ਹੈ। ਜਦੋਂ ਬਾਈਬਲ ਦੇ ਨਾਲ ਤੁਹਾਡੇ ਜੀਵਨ ਨੂੰ ਮੈਚ ਕਰਦਾ ਆ, ਫਿਰ ਉਹ ਨਵਾਂ ਪਰਸਨ ਸੋਚਦਾ ਹੈ ਕਿ ਇਹ ਜੀਵਨ ਇਸ ਤਰ੍ਹਾਂ ਦਾ ਹੁੰਦਾ, ਇਸ ਤਰ੍ਹਾਂ ਦਾ ਜੀਵਨ ਤਾਂ ਮੈਂ ਬਾਹਰ ਵੀ ਬਤੀਤ ਕਰ ਰਿਹਾ ਸੀ, ਇਸ ਤਰ੍ਹਾਂ ਦਾ ਜੀਵਨ, ਦੋ ਗੱਲਾਂ ਜੀਵਨ ਤਾਂ ਮੈਂ ਬਾਹਰ ਵੀ ਬਤੀਤ ਕਰ ਰਿਹਾ ਸੀਗਾ, ਔਰ ਪ੍ਰਭੂ ਦੇ ਘਰ ਦੇ ਵਿੱਚ ਵੀ ਆ ਕੇ ਇਸੇ ਤਰ੍ਹਾਂ ਦਾ ਜੀਵਨ। ਔਰ ਬਾਈਬਲ ਚ ਲਿਖਿਆ ਫਰੀਸੀਆਂ ਤੇ ਗਲਤੀਆਂ ਨੂੰ ਯਿਸੂ ਮਸੀਹ ਨੇ ਕਿਹਾ ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਸਵਰਗ ਦੇ ਵਿੱਚ ਨਾ ਤਾਂ ਆਪ ਜਾਣਾ ਚਾਹੁੰਦੇ ਆ ਔਰ ਵੜਨ ਵਾਲਿਆਂ ਨੂੰ ਵੀ ਵੜਨ ਨਹੀਂ ਦਿੰਦੇ। ਅਗਰ ਕੋਈ ਗੁੱਸਾ ਕਰਦਾ ਉਹ ਸਿਖਾਉਂਦੇ ਤੁਸੀਂ ਵੀ ਗੁੱਸਾ ਕਰੋ, ਲੇਕਿਨ ਯਿਸੂ ਮਸੀਹ ਨੇ ਕੀ ਕਿਹਾ? ਮਾਫ਼ ਕਰੋ। ਕਿਹੜੇ ਜਿਹੜੇ ਸਮਝ ਰਹੇ ਆ, ਆਈਏ ਥੋੜਾ ਕੰਟੀਨਿਊ ਕਰੀਏ। ਇਹ ਜੋ ਆਪਣੀ ਗ੍ਰੰਥੀ ਉਹਨੇ ਫਰੀਸੀ ਹੋ, ਹਾਂਜੀ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਇੱਕ ਨੁਕ ਨੂੰ ਆਪਣੇ ਪੰਦ ਵਿੱਚ ਲੋੜ ਲਈ, ਹਾਂਜੀ, ਜਦ ਤੱਕ ਹੁੰਦੇ ਹੋ, ਹਾਂਜੀ, ਅਤੇ ਜਾ ਉਹ ਆ ਚੁੱਕਿਆ। ਲਿਖਿਆ ਹੈ ਕਪੀ ਗ੍ਰੰਥੀਓ ਤੇ ਫਰੀਸੀਓ ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਦ ਦੇ ਵਿੱਚ ਰਲਾਉਣ ਦੇ ਲਈ ਪੂਰਾ ਜ਼ੋਰ ਲਗਾ ਦਿੰਦੇ ਆ, ਉਹਨੂੰ ਚਰਚ ਦੇ ਵਿੱਚ ਲਿਆਉਣ ਦੇ ਲਈ, ਉਹਨੂੰ ਮੁਕਤੀ ਦਾ ਰਾਹ ਦੱਸਣ ਦੇ ਲਈ ਪੂਰਾ ਜ਼ੋਰ ਲਗਾ ਦਿੰਦੇ ਆ, ਉਹਨੂੰ ਪੂਰਾ ਗਾਈਡ ਕਰਦੇ ਆ, ਹਾਂਜੀ, ਜਦ ਲਿਖਿਆ ਉਹ ਆ ਜਾਂਦਾ ਆ, ਅਤੇ ਜਦ ਉਹ ਆ ਚੁੱਕਿਆ, ਹਾਂਜੀ, ਤਾਂ ਤੁਸੀਂ ਉਹਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤਰ ਬਣਾਉਂਦੇ ਹੋ, ਉਹਨੂੰ ਆਪਣੇ ਨਾਲੋਂ ਦੂਣਾ ਨਰਕ ਦਾ ਪੁੱਤਰ ਬਣਾਉਂਦੇ ਆ। ਕਿਹਨੇ ਜਿਹੜੇ ਸਮਝ ਰਹੇ ਸੀ ਗੱਲ ਨੂੰ? ਮਿਕਸ ਜੀਵਨ ਬਾਈਬਲ ਦੇ ਵਿੱਚ ਲਿਖਿਆ, ਸੰਤ ਪੌਲਸ ਨੇ ਤਿਮੋਥਿਉਸ ਨੂੰ ਆਖਿਆ ਹੈ ਕਿ ਤੂੰ ਆਪਣੇ ਚਾਲ ਚੱਲਣ ਦੇ ਵੱਲ ਗੌਰ ਕਰ, ਆਪਣੀ ਜਵਾਨੀ ਦੀਆਂ ਕਾਮਨਾਵਾਂ ਤੋਂ ਕੀ ਕਰ, ਭੱਜ।
ਆਪਣੀ ਜਵਾਨੀ ਦੀ ਕਾਮਨਾਵਾਂ ਤੋਂ ਭੱਜ ਇੱਕ ਅੱਛਾ ਨਮੂਨਾ ਬਣ ਤੇ ਚਾਰ ਗੱਲਾਂ ਦੇ ਵਿੱਚ ਕਿਹਾ ਹੋਇਆ ਕਿ ਤੂੰ ਅੱਛਾ ਨਮੂਨਾ ਬਣ ਕਿ ਤੇਰੇ ਵੱਲੋਂ ਲੋਕ ਦੇਖਣ ਤੇ ਖਿੱਚੇ ਚੱਲੇ ਆਉਣ ਪ੍ਰਭੂ ਦੇ ਘਰ ਦੇ ਵਿੱਚ ਪ੍ਰਭੂ ਦੇ ਕਦਮਾਂ ਦੇ ਵਿੱਚ ਪਵਿੱਤਰਤਾ ਦੇ ਵਿੱਚ ਵਚਨ ਦੇ ਵਿੱਚ ਚਾਲ ਚੱਲਣ ਦੇ ਵਿੱਚ ਹਾਲੇਲੂਇਆ ਲਿਖਿਆ ਤੂੰ ਚਾਲ ਚੱਲਣ ਦੇ ਵਿੱਚ ਪਵਿੱਤਰਤਾ ਦੇ ਵਿੱਚ ਔਰ ਵਚਨ ਦੇ ਵਿੱਚ ਇੱਕ ਅੱਛਾ ਨਮੂਨਾ ਬਣ ਅਧਿਕਾਰੀ ਹੋਏਗਾ ਬੋਲੋ ਹਾਲੇਲੂਇਆ ਹਾਲੇਲੂਇਆ ਨਸ਼ਾ ਕਰਨ ਵਾਲਾ ਬੰਦਾ ਪ੍ਰਭੂ ਦੇ ਘਰ ਦੇ ਵਿੱਚ ਵੀ ਆ ਰਿਹਾ ਔਰ ਬਾਪ ਨਸ਼ਾ ਵੀ ਕਰ ਰਿਹਾ ਸੰਡੇ ਨੀ ਨਸ਼ਾ ਕਰ ਰਿਹਾ ਉਹਨੂੰ ਇੰਨਾ ਡਰ ਰਿਹਾ ਕਿ ਮੈਂ ਘਰ ਦੇ ਵਿੱਚ ਆ ਪ੍ਰਭੂ ਦੇ ਘਰ ਦੇ ਵਿੱਚ ਆ ਔਰ ਬਾਹਰ ਜਾ ਕੇ ਨਸ਼ਾ ਕਰ ਰਿਹਾ ਸਮੋਕਿੰਗ ਕਰ ਰਿਹਾ ਜਾਂ ਡ੍ਰਿੰਕਿੰਗ ਕਰ ਰਿਹਾ ਹੈ ਲੇਕਿਨ ਉਹ ਇਹ ਵੀ ਪਤਾ ਕਿ ਉਹਦੀ ਹਜ਼ੂਰੀ ਹਰ ਵਕਤ ਉਹਦੇ ਨਾਲ ਹੈ ਡਰ ਸਿਰਫ ਪਰਮੇਸ਼ੁਰ ਦੇ ਘਰ ਦੇ ਵਿੱਚ ਨਹੀਂ ਹੈ ਹਮੇਸ਼ਾ ਦਾ ਡਰ ਹੋਣਾ ਚਾਹੀਦਾ ਹਰ ਪਲ ਦਾ ਡਰ ਹੋਣਾ ਚਾਹੀਦਾ ਹੈ ਪਾਪ ਤੁਸੀਂ ਕਮਰੇ ਨੂੰ ਬੰਦ ਕਰਕੇ ਲਾਈਟ ਬੰਦ ਕਰਕੇ ਪਾਪ ਕਰ ਲਓਗੇ ਲੇਕਿਨ ਉਹ ਤੁਹਾਨੂੰ ਉੱਥੇ ਵੀ ਵੇਖੇ ਲੇਕਿਨ ਅੱਜ ਦਾ ਇਨਸਾਨ ਇਸ ਚੀਜ਼ ਦੀ ਵੈਲਿਊ ਨੂੰ ਸਮਝਦਾ ਨਹੀਂ ਹੈ ਉਹ ਚਰਚ ਦੇ ਵਿੱਚ ਆਉਂਦਾ ਆ ਉਹਨੂੰ ਲੱਗਦਾ ਆ ਕਿ ਹਾਂ ਇੱਥੇ ਪ੍ਰਭੂ ਦੀ ਹਜ਼ੂਰੀ ਆ ਜਾਂ ਖੁਦਾ ਦਾ ਘਰ ਆ ਇੱਥੇ ਨਹੀਂ ਮੈਂ ਪਾਪ ਕਰਨਾ ਬਾਹਰ ਜਾ ਕੇ ਉਹ ਪਾਪ ਕਰਦਾ ਤਾਂ ਮਤਲਬ ਉਹਦਾ ਜੀਵਨ ਦੋ ਗੱਲਾਂ ਆ ਦੋ ਗਸ਼ੀਆਂ ਦੇ ਵਿੱਚ ਪੈਰ ਰੱਖਿਆ ਹੋਇਆ ਹੈ ਔਰ ਇਸ ਤਰ੍ਹਾਂ ਦੇ ਜੀਵਨ ਨੂੰ ਪ੍ਰਭੂ ਪਸੰਦ ਨਹੀਂ ਕਰਦਾ ਔਰ ਜਦੋਂ ਤੁਹਾਡੇ ਜੀਵਨ ਨੂੰ ਕੋਈ ਥਰਡ ਪਰਸਨ ਦੇਖਦਾ ਆ ਉਹ ਕਦੇ ਵੀ ਮਸੀਹ ਚ ਨਹੀਂ ਆ ਸਕਦਾ ਕਿਉਂਕਿ ਤੁਹਾਡਾ ਚਾਲ ਚੱਲਣ ਠੀਕ ਨਹੀਂ ਆ ਕਿਉਂਕਿ ਤੁਹਾਡਾ ਨਮੂਨਾ ਠੀਕ ਨਹੀਂ ਆ ਤੁਸੀਂ ਆਪ ਵੀ ਨਰਕ ਦੇ ਅਧਿਕਾਰੀ ਹੋ ਉਹਨੂੰ ਵੀ ਨਰਕ ਦੇ ਅਧਿਕਾਰੀ ਬਣਾਉਂਦੇ ਆ ਬਾਈਬਲ ਚ ਲਿਖਿਆ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਆ ਖੁਦਾਵੰਦ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਆ ਪਰ ਹਾਏ ਉਸ ਮਨੁੱਖ ਤੇ ਜਿਹਦੇ ਕਰਕੇ ਠੋਕਰ ਲੱਗਦੀ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਹੀਂ ਐਦਾਂ ਲਿਖਿਆ ਅਗਰ ਤੁਸੀਂ ਮੇਰੇ ਜੀਵਨ ਵੱਲ ਦੇਖੋ ਮੈਨੂੰ ਪਾਪ ਕਰਦੇ ਦੇਖੋ ਕਿਤੇ ਔਰ ਤੁਸੀਂ ਕਹੋ ਕਿ ਪਰਮੇਸ਼ੁਰ ਦਾ ਬੰਦਾ ਇੱਦਾਂ ਦਾ ਹੁੰਦਾ ਹੈ ਔਰ ਤੁਸੀਂ ਮੇਰੇ ਵੱਲ ਦੇਖ ਕੇ ਆਪਣੇ ਪਾਪ ਦੇ ਵਿੱਚ ਪੈ ਜਾਓ ਤੁਹਾਨੂੰ ਮੇਰੇ ਤੇ ਠੋਕਰ ਲੱਗਣੀ ਆ ਔਰ ਖੁਦਾਵਾ ਦੇ ਦਾਦੇ ਬੰਦੇ ਦੀ ਅੱਖ ਦੇ ਆ ਕਿ ਚੰਗਾ ਹੁੰਦਾ ਵੀ ਕੋਈ ਜਾਣ ਲੈ ਚੱਕੀ ਦਾ ਪੁੜ ਚੱਕੀ ਦੇਖੀ ਆ ਕਿਸੇ ਨੇ ਜਦੋਂ ਵਿੱਚ ਕਣਕ ਪੀਂਦੇ ਆ ਚੱਕੀ ਦੇਖੀ ਆ ਕਿੰਨਾ ਭਾਰਾ ਹੁੰਦਾ ਬਹੁਤ ਵੱਡਾ ਹੁੰਦਾ ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਕਿਹਾ ਚੰਗਾ ਹੁੰਦਾ ਕਿ ਚੱਕੀ ਦਾ ਪੁੜ ਉਹਦੇ ਗਲ ਚ ਪਾ ਕੇ ਸਮੁੰਦਰ ਚ ਸੁੱਟ ਦਿੱਤਾ ਜਾਂਦਾ ਜਿਹਦੇ ਕਰਕੇ ਠੋਕਰ ਲੱਗ ਜਾਂਦੀ ਆਪਣੇ ਚਾਲ ਚੱਲਣ ਸੈੱਟ ਕਰ ਲਓ ਆਪਣਾ ਆਤਮਿਕ ਜੀਵਨ ਸੁਧਾਰ ਲਓ ਆਪਣੇ ਦੁਨਿਆਵੀ ਕਾਮਯਾਬੀਆਂ ਜਿਹੜੇ ਤੁਹਾਡੇ ਜੀਵਨਾਂ ਦੇ ਵਿੱਚ ਹਲੇ ਵੀ ਪਾਏ ਜਾਂਦੇ ਆ ਲੇਕਿਨ ਉਹ ਬਾਈਬਲ ਦੇ ਖਿਲਾਫ ਆ ਆਪਣੇ ਜੀਵਨ ਤੋਂ ਡਿਲੀਟ ਕਰ ਦਿਓ ਆਪਣੇ ਜੀਵਨ ਤੋਂ ਦੂਰ ਕਰ ਦਿਓ ਤਾਂ ਜੋ ਪਰਮੇਸ਼ੁਰ ਨੂੰ ਤੁਹਾਡਾ ਜਿਹੜਾ ਚਾਲ ਚੱਲਣ ਆ ਤੁਹਾਡਾ ਜਿਹੜਾ ਜੀਵਨ ਆ ਉਹ ਪਰਮੇਸ਼ੁਰ ਨੂੰ ਪਸੰਦ ਆਵੇ ਕਿੰਨੇ ਜਿਹੜੇ ਸਮਝ ਰਹੇ ਆ ਤੁਸੀਂ ਆਪ ਵੀ ਨਰਕ ਦੇ ਅਧਿਕਾਰੀ ਬਣੋ ਵੀ ਆਪਣੇ ਪਾਪ ਚ ਔਰ ਜਿਹੜਾ ਤੁਹਾਡੇ ਵੱਲ ਦੇਖ ਕੇ ਪਿੱਛੇ ਜਾ ਰਿਹਾ ਆ ਉਹਨੂੰ ਵੀ ਨਰਕ ਦਾ ਅਧਿਕਾਰੀ ਬਣਾਓ ਆਪਣੀ ਚਾਲ ਚੱਲਣ ਨੂੰ ਸੁਧਾਰ ਲਓ ਹਾਲੇਲੂਇਆ ਹਾਲੇਲੂਇਆ ਕਿੰਨੇ ਜਣੇ ਸਮਝ ਰਹੇ ਆ ਗੱਲ ਮਸੀਹ ਦੇ ਵਿੱਚ ਆ ਜਾਣਾ ਕਾਫੀ ਨਹੀਂ ਆ ਬਹੁਤ ਜ਼ਿੰਮੇਵਾਰੀਆਂ ਆ ਤੁਹਾਨੂੰ ਵੀ ਪਤਾ ਤੁਹਾਨੂੰ ਕੋਈ ਦੇ ਕੇ ਨਹੀਂ ਆਇਆ ਮੈਂ ਯਿਸੂ ਮਸੀਹ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਇਨਸਾਨ ਦੀ ਗੱਲ ਕਰ ਰਿਹਾ ਤੁਹਾਨੂੰ ਵੀ ਪਤਾ ਕਿ ਜਿਸ ਘਰ ਦੇ ਵਿੱਚ ਤੁਸੀਂ ਆਏ ਆ ਬਾਕੀ ਜਿਹੜੇ ਨਹੀਂ ਆਇਆ ਉਹ ਤੁਹਾਡੇ ਵੱਲ ਦੇਖ ਰਹੇ ਆ ਉਹ ਬਹਾਨਾ ਲੱਭ ਰਹੇ ਆ ਕਿਤੇ ਤੁਸੀਂ ਪਰਮੇਸ਼ੁਰ ਦੇ ਵਚਨ ਦੇ ਉਲਟ ਚਲੋ ਜਾਂ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਉਲਟ ਚਲੋ ਤੇ ਉਹ ਤੁਹਾਨੂੰ ਤਾਨੇ ਮਾਰਨ ਉਹ ਤੁਹਾਨੂੰ ਕਹਿਣ ਕਿ ਚਰਚ ਦੇ ਵਿੱਚ ਆਹ ਸਿੱਖਿਆ ਮਿਲਦੀ ਤੁਹਾਡਾ ਪਾਸਟਰ ਤੁਹਾਨੂੰ ਆਹ ਸਿਖਾਉਂਦਾ ਹੈ ਇਹ ਡਿਪੈਂਡ ਕਰਦਾ ਤੁਹਾਡੇ ਉੱਤੇ ਮੇਰੇ ਉੱਤੇ ਨਹੀਂ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਜ਼ਿੰਮੇਵਾਰੀ ਦੇ ਵਿੱਚ ਆਉਂਦੇ ਆ ਜਾਂ ਚਰਚ ਦੇ ਵਿੱਚ ਆ ਜਾਣਾ ਚਲੇ ਜਾਣਾ ਆ ਜਾਣਾ ਚਲੇ ਜਾਣਾ ਕਾਫੀ ਨਹੀਂ ਹੈ ਚਰਚ ਦੇ ਵਿੱਚ ਜੋ ਬਾਈਬਲ ਦੇ ਵਿੱਚ ਉਹ ਸਿਖਾਇਆ ਜਾਂਦਾ ਉਹਨੂੰ ਤੁਸੀਂ ਮੰਨਣ ਵੀ ਕਰਨਾ ਮੈਂ ਇੱਕ ਗੱਲ ਆਖੀ ਸੀਗੀ ਕਿ ਜਿਹਦੇ ਜੀਵਨ ਦੇ ਵਿੱਚ ਪ੍ਰਾਰਥਨਾ ਨਹੀਂ ਆ ਔਰ ਉਹ ਤੁਸੀਂ ਡਾਂਟ ਕੇ ਦੇਖੋ ਗੁੱਸਾ ਕਰੇਗਾ ਜਿਹਦੇ ਜੀਵਨ ਦੇ ਵਿੱਚ ਪ੍ਰਾਰਥਨਾ ਨਹੀਂ ਆ ਉਹਨੂੰ ਤੁਸੀਂ ਥੋੜਾ ਜਿਹਾ ਡਾਂਟ ਕੇ ਦੇਖੋ ਗੁੱਸਾ ਕਰੇਗਾ ਲੇਕਿਨ ਜਿਹਦੇ ਜੀਵਨ ਚ ਪ੍ਰਾਰਥਨਾ ਆ ਉਹਨੂੰ ਗੁੱਸਾ ਕਰੋ ਉਹ ਸਮਝੇਗਾ ਕਿ ਨਹੀਂ ਮੇਰੀ ਮੇਰੀ ਤਰਕਬੀ ਦੇ ਲਈ ਹੈ
ਬਾਈਬਲ ਦੇ ਵਿੱਚ ਲਿਖਿਆ ਆ ਅਗਰ ਧਰਮੀ ਬੰਦਾ ਤੈਨੂੰ ਡੰਡਦਾ ਆ ਤੈਨੂੰ ਝਿੜਕਦਾ ਆ ਤੇ ਤੇਰੇ ਲਈ ਉਹ ਮਸਾ ਕੀਤਾ ਹੋਇਆ ਤੇਰੇ ਲਈ ਹਾਲੇਲੂਇਆ 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 ਜੇ ਪਰਮੇਸ਼ਵਰ ਦਾ ਬੰਦਾ ਜਾਂ ਕੋਈ ਧਰਮੀ ਬੰਦਾ ਤੇ ਤੇ ਸਿੱਧੀ ਚਲਾਉਂਦਾ ਜਾਂ ਤੈਨੂੰ ਡਾਂਟਦਾ ਤੈਨੂੰ ਸਮਝਾਉਂਦਾ ਤੈਨੂੰ ਝਿੜਕਦਾ ਆ ਇਹਦਾ ਮਤਲਬ ਕੀ ਆ ਤੇਰੇ ਲਈ ਉਹ ਮਸਾ ਕੀਤਾ ਹੋਇਆ ਤੇਰੇ ਆ ਹਾਲੇਲੂਇਆ ਔਰ ਬਾਈਬਲ ਚ ਲਿਖਿਆ ਜਿਹੜਾ ਮਾਂ ਬਾਪ ਆਪਣੇ ਬੱਚੇ ਦੇ ਉੱਤੇ ਛਿੱਚਕ ਨਹੀਂ ਚਲਾਉਂਦਾ ਸਿੱਧੀ ਨਹੀਂ ਚਲਾਉਂਦਾ ਉਹਦਾ ਵੈਰੀ ਆ ਮਾਂ ਬਾਪ ਆਪਣੇ ਬੱਚਿਆਂ ਦੇ ਵੈਰੀ ਆ ਉਹਨਾਂ ਨੂੰ ਡਾਂਟਦੇ ਨੇ ਉਹਨਾਂ ਨੂੰ ਝਿੜਕਦੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਬਾਈਬਲ ਚ ਲਿਖਿਆ ਬੱਚੇ ਨੂੰ ਬਚਪਨ ਤੋਂ ਸਿਖਾ ਮੇਰੇ ਕੰਮਾਂ ਦੇ ਬਾਰੇ ਜੋ ਮੈਂ ਅਚਰਜ ਕੰਮ ਕੀਤੇ ਆ ਯਹੋਵਾ ਪਰਮੇਸ਼ਵਰ ਨੇ ਕਿੱਦਾਂ ਇਸਰਾਇਲ ਨੂੰ ਕੱਢ ਕੇ ਲੈ ਕੇ ਆਇਆ ਕਹਿੰਦੇ ਬਚਪਨ ਚ ਹੀ ਉਹਨਾਂ ਨੂੰ ਸਿਖਾ ਆਪਣੇ ਬੱਚਿਆਂ ਨੂੰ ਤਾਂ ਜੋ ਜਦੋਂ ਵੱਡਾ ਹੋਵੇ ਤੇ ਉਹਦੇ ਪੈਰ ਫਿਸਲਣ ਹਾਲੇਲੂਇਆ ਹਾਲੇਲੂਇਆ ਕਿਹਦੇ ਜਣੇ ਸਮਝ ਰਹੇ ਆ ਆਈਏ ਥੋੜਾ ਅੱਗੇ ਕੰਟੀਨਿਊ ਕਰੀਏ ਇਹ ਅੰਨੇ ਆਪੋ ਤੁਹਾਡੇ ਉੱਤੇ ਹਾਈ ਹਾਈ ਹਾਂਜੀ ਜਿਹੜੇ ਆਪਦੇ ਹੋ ਭਈ ਜੇ ਕੋਈ ਮੈਕਲ ਦੀ ਸੋ ਪਾਵੇ ਹਾਂਜੀ ਤਾਂ ਦੂਜੀ ਗੱਲ ਨਹੀਂ ਉਹ ਫਰੀਸੀ ਲੋਕ ਉਸ ਸਮੇਂ ਸਿਖਾਉਂਦੇ ਸੀਗੇ ਲੋਕਾਂ ਨੂੰ ਕਿ ਜੇ ਕੋਈ ਪਰਮੇਸ਼ਵਰ ਦੇ ਘਰ ਦੀ ਯਾਨੀ ਕਿ ਚਰਚ ਦੀ ਸੋ ਖਾਂਦਾ ਆ ਤਾਂ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਡਰ ਨਹੀਂ ਆ ਹਾਂਜੀ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੋ ਪਾਵੇ ਜੇ ਕੋਈ ਹੈਕਲ ਦੇ ਅੰਦਰ ਚਰਚ ਦੇ ਅੰਦਰ ਜਿਹੜਾ ਸਮਾਨ ਪਿਆ ਹੋਇਆ ਆ ਪਵਿੱਤਰ ਚੀਜ਼ਾਂ ਪਈਆਂ ਹੋਈਆਂ ਆ ਜੇ ਕੋਈ ਉਹਨਾਂ ਦੀ ਸੋ ਖਾਂਦਾ ਆ ਤਾਂ ਉਹਨੂੰ ਪੂਰਾ ਕਰਨਾ ਪੈਣਾ ਆ ਫਰੀਸੀ ਲੋਕ ਇੰਜਾਂ ਦੀ ਸਿੱਖਿਆ ਦੇ ਰਹੇ ਸੀਗੇ ਉਸ ਟਾਈਮ ਦੇ ਉੱਤੇ ਸੀ ਔਰ ਅਗਰ ਯਿਸੂ ਮਸੀਹ ਨੇ ਕੀ ਆਖਿਆ ਆ ਅੱਜ ਪੜ੍ਹੀਏ ਹੇ ਮੂਰਖੋ ਅਤੇ ਅੰਨਿਓ ਹੇ ਮੂਰਖੋ ਤੇ ਅੰਨਿਓ ਇਹਦਾ ਆਪਣੇ ਸਾਹਮਣੇ ਗੱਲਾਂ ਹੋ ਰਹੀਆਂ ਨੇ ਫਰੀਸੀ ਤੇ ਗ੍ਰੰਥੀਆਂ ਦੇ ਨਾਲ ਖੁਦਾਵੰਦ ਯਿਸੂ ਮਸੀਹ ਕੀ ਆਖਦੇ ਉਹਨਾਂ ਨੂੰ ਹੇ ਮੂਰਖੋ ਅਤੇ ਅੰਨਿਓ ਹੇ ਮੂਰਖੋ ਤੇ ਅੰਨਿਓ ਉਹ ਚੁੱਪ ਕਿਉਂ ਆ ਫਰੀਸੀ ਤੇ ਗ੍ਰੰਥੀ ਚੁੱਪ ਕਿਉਂ ਆ ਕਿਉਂਕਿ ਉਹਨਾਂ ਨੂੰ ਪਤਾ ਆ ਉਹਨਾਂ ਦਾ ਜੀਵਨ ਜਿਹੜਾ ਪਰਫੈਕਟ ਨਹੀਂ ਹੈ ਜਿਹਨੇ ਗਲਤੀ ਕੀਤੀ ਹੋਵੇ ਉਹ ਜਿੰਨਾ ਮਰਜ਼ੀ ਡਾਂਟ ਲਓ ਘੁੰਨਾ ਬਣ ਕੇ ਬਹਿ ਜਾਏ ਉਹਨੂੰ ਪਤਾ ਮੈਂ ਗਲਤੀ ਕੀਤੀ ਔਰ ਜੇ ਗਲਤੀ ਨਾ ਕੀਤੀ ਹੋਵੇ ਹੁਣ ਇਸ ਬੱਚੇ ਨੇ ਗਲਤੀ ਨਾ ਕੀਤੀ ਹੋਵੇ ਮੈਂ ਇਹਦੇ ਥੱਪੜ ਲਗਾਤਾ ਹੈ ਮੈਨੂੰ ਉੱਠ ਕੇ ਸਿੱਧਾ ਪੁੱਛੇਗਾ ਪਾਸਾ ਕੀ ਗੱਲ ਹੋਈ ਮੈਂ ਤਾਂ ਕੁਛ ਕੀਤਾ ਹੀ ਨਹੀਂ ਹੁਣ ਜੇ ਇਸ ਬੱਚੇ ਨੇ ਗਲਤੀ ਕੀਤੀ ਹੋਵੇ ਤਾਂ ਮੈਨੂੰ ਥੱਪੜ ਮਾਰਨ ਨੂੰ ਸਮਝ ਆ ਜਾਣੀ ਹੈ ਕਿ ਮੈਨੂੰ ਕਿਉਂ ਥੱਪੜ ਲੱਗਾ ਕਿਹਨੇ ਜਣੇ ਸਮਝ ਰਹੇ ਆ ਫਰੀਸੀ ਤੇ ਗ੍ਰੰਥੀਆਂ ਦੇ ਕੋਲ ਜਵਾਬ ਕਿਉਂ ਨਹੀਂ ਸੀਗਾ ਯਿਸੂ ਮਸੀਹ ਦੇ ਕੋਲ ਕਿਉਂਕਿ ਉਹ ਮਿਕਸ ਜੀਵਨ ਬਤੀਤ ਕਰਦੇ ਸੀ ਔਰ ਯਿਸੂ ਮਸੀਹ ਪਰਫੈਕਸ਼ਨ ਜੀਵਨ ਬਤੀਤ ਕਰਦੇ ਸੀ ਬੋਲੋ ਹਾਲੇਲੂਇਆ ਹਾਲੇਲੂਇਆ ਔਰ ਮੈਂ ਸਮਝ ਆਇਆ ਕਿ ਤੁਸੀਂ ਗ੍ਰੰਥੀ ਤੇ ਫਰੀਸੀਆਂ ਦੇ ਪੀੜੀ ਦੇ ਵਿੱਚੋਂ ਆਏ ਆ ਤੁਸੀਂ ਯਿਸੂ ਮਸੀਹ ਦੀ ਪੀੜੀ ਦੇ ਵਿੱਚੋਂ ਆ ਬੋਲੋ ਹਾਲੇਲੂਇਆ 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 ਅੱਜ ਗ੍ਰੰਥੀ ਤੇ ਫਰੀਸੀਆਂ ਦੀ ਪੀੜੀ ਦੇ ਵਿੱਚੋਂ ਹੈਗੇ ਆ ਤੇ ਅੱਜ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਸੀਲੇ ਦੇ ਨਾਲ ਤੁਸੀਂ ਧੋਤੇ ਜਾਓ ਔਰ ਤਮਾਮ ਵੰਦਨਾ ਤੇ ਰਹੀ ਕਹੋ ਬੋਲੋ ਹਾਲੇਲੂਇਆ 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 ਅੱਜ ਰਾਸਤੇ ਬਦਲ ਜਾਣ ਤੁਹਾਡੇ ਅੱਜ ਸੋਚਾਂ ਬਦਲ ਜਾਣ ਅੱਜ ਖਿਆਲ ਬਦਲ ਜਾਣ ਜੋ ਗ੍ਰੰਥੀ ਤੇ ਫਰੀਸੀਆਂ ਦੇ ਜੀਵਨ ਦੇ ਵਿੱਚ ਸੀਗਾ ਅਗਰ ਉਹ ਤੁਹਾਡੇ ਜੀਵਨ ਦੇ ਵਿੱਚ ਵੀ ਪਾਇਆ ਜਾਂਦਾ ਆ ਅੱਜ ਪ੍ਰਭੂ ਦੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਆਵੇ ਸਾਰੀ ਕਲੀਸਿਆ ਬਦਲੇ ਆਵੇ ਹਾਲੇਲੂਇਆ ਹਾਲੇਲੂਇਆ ਔਰ ਤੁਸੀਂ ਖੁਦਾਵੰਦ ਯਿਸੂ ਮਸੀਹ ਦੇ ਪੁੱਤਰ ਨਹੀਂ ਆਣਾ ਬਾਬਾ ਪੁੱਤਰ ਦੀਆਂ ਕਦੋਂ ਪਾਉਂਦੇ ਆ ਅੱਜ ਸੰਸਾਰ ਦੇ ਤੌਰ ਤੇ ਦੇਖਦੇ ਆ ਜੋ ਬਾਪ ਦੇ ਵਿੱਚ ਗਾਉਣੇ ਆ ਉਹ ਬੱਚੇ ਦੇ ਵਿੱਚ ਕਦੇ ਨਿਕਲ ਆਉਂਦੇ ਆ ਆਉਂਦੇ ਆ ਜਾਂ ਨਹੀਂ ਆਉਂਦੇ ਔਰ ਜੋ ਕੁਛ ਤੁਹਾਡੇ ਜੀਵਨਾਂ ਦੇ ਵਿੱਚ ਹੋ ਰਿਹਾ ਤਾਂ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਨਹੀਂ ਸੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਕਹਿੰਦੇ ਜਿੱਦਾਂ ਮੈਂ ਵਫਾਦਾਰ ਹਾਂ ਤੁਸੀਂ ਵੀ ਵਫਾਦਾਰ ਹੋ ਯਿਸੂ ਮਸੀਹ ਨੇ ਗੱਲਾਂ ਕਰਨ ਦੇ ਵਿੱਚ ਟਾਈਮ ਇਹ ਵੀ ਦਿੱਤੀ ਵਧੀਆ ਚੀਜ਼ ਦਾ ਉਹਨਾਂ ਨੂੰ ਜਿਹੜਾ ਪ੍ਰਾਰਥਨਾ ਦਾ ਟਾਈਮ ਪਹਾੜ ਦੇ ਉੱਤੇ ਜਾ ਕੇ ਸੀਗਾ ਉਹ ਪ੍ਰਾਰਥਨਾ ਦੇ ਟਾਈਮ ਪ੍ਰਾਰਥਨਾ ਹੀ ਕਰਦੇ ਹੁੰਦੇ ਸੀ ਦੇ ਦੇ ਟਾਈਮ ਅਗਰ ਲੋਕ ਜ਼ਿਆਦਾ ਹੋ ਜਾਂਦੇ ਸੀ ਉਹਨਾਂ ਦੇ ਕੋਲ ਉਹਨਾਂ ਨੂੰ ਅਟੈਂਡ ਕਰਕੇ ਕਲਾਮ ਸੁਣਾ ਕੇ ਫਿਰ ਰਾਤ ਨੂੰ ਪ੍ਰਾਰਥਨਾ ਕਰਦੇ ਵੀ ਜਾਂਦੇ ਹੁੰਦੇ ਸੀ ਅੱਜ ਸਾਡਾ ਸਵੇਰ ਦਾ ਟਾਈਮ ਹੁੰਦਾ ਆ ਅਸੀਂ ਲੇਟ ਉੱਠ ਜਾਂਦੇ ਆ ਅਸੀਂ ਪ੍ਰਾਰਥਨਾ ਵਿੱਚ ਕਰ ਦਿੰਦੇ ਆ ਇਹ ਵਫਾਦਾਰੀ ਨਹੀਂ ਸ਼ਾਮ ਨੂੰ ਸਾਡਾ ਪ੍ਰਾਰਥਨਾ ਦਾ ਟਾਈਮ ਆ ਸਾਨੂੰ ਵੀ ਤੋਂ ਬੁਲਾਵਾ ਆ ਜਾਂਦਾ ਆ ਤੇ ਸਾਡੇ ਗੈਸਟ ਆ ਜਾਂਦੇ ਆ ਸਾਡੀ ਪ੍ਰਾਰਥਨਾ ਮਿਸ ਹੋ ਜਾਂਦੀ ਆ ਇਹ ਪਰਮੇਸ਼ਵਰ ਦੇ ਨਾਲ ਵਫਾਦਾਰੀ ਨਹੀਂ ਹਾਲੇਲੂਇਆ ਹਾਲੇਲੂਇਆ ਕਿਹਨੇ ਜਣੇ ਸਮਝ ਰਹੇ ਆ ਪਰਮੇਸ਼ਵਰ ਨੂੰ ਵਫਾਦਾਰ ਬੰਦਾ ਚਾਹੀਦਾ ਆ ਫਿਰ ਤੁਸੀਂ ਉਹਦੇ ਪੁੱਤਰ ਦੀਆਂ ਕਹਿੰਦਾ ਹੁੰਦੇ ਹੱਕਦਾਰ ਯਹੂਨਾ ਪਹਿਲਾਂ ਤੁਸੀਂ ਅਧਿਆਇ ਪੜ੍ਹ ਲਓਗੇ ਉਹ ਕਾਫੀ ਨਹੀਂ ਆ ਕਿ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨਾਂ ਨੇ ਪੁੱਤਰ ਦੀਆਂ ਹੋਣ ਦਾ ਹੱਕ ਦਿੱਤਾ ਉਹਦੇ ਵਰਗੇ
ਚੰਗੇ ਕੰਮ ਹੋਣੇ ਚਾਹੀਦੇ ਆ, ਉਹਦੇ ਵਰਗਾ ਚਾਲ ਚੱਲਣ ਹੋਣਾ ਚਾਹੀਦਾ ਆ, ਤੁਹਾਡਾ ਚਾਲ ਚੱਲਣ ਯਿਸੂ ਮਸੀਹ ਦੇ ਤਰ੍ਹਾਂ ਹੋਣਾ ਚਾਹੀਦਾ ਆ ਕਿ ਕੋਈ ਤੁਹਾਡੇ ਵੱਲ ਉਂਗਲ ਨਾ ਕਰਕੇ ਦੇਖੇ। ਯਿਸੂ ਮਸੀਹ ਨੇ ਬੜੇ ਬੜੇ ਜ਼ੋਰ ਦੇ ਨਾਲ ਕਿਹਾ, ਕਹਿੰਦੇ ਗੁਨਾਹ ਸਾਬਿਤ ਕਰੇਗਾ। ਕਿਉਂ ਕਿਹਾ? ਕਿਉਂਕਿ ਦਲੇਰੀ ਆਤਮਾ ਭਰਪੂਰ ਸੀਗਾ, ਕਿਉਂਕਿ ਉਹ ਪਰਫੈਕਟ ਸੀਗਾ, ਉਹਨੂੰ ਪਤਾ ਸੀ ਆਪਣੇ ਸਿਵਾ ਦੇ ਬਾਰੇ ਕਿ ਕੋਈ ਚਾਹੇ ਮੈਨੂੰ ਇਕੱਲਿਆਂ ਦੇਖ ਲਵੇ ਤੇ ਕੋਈ ਚਾਹੇ ਮੈਨੂੰ ਪ੍ਰਚਾਰ ਕਰਦੇ ਦੇਖ ਲਵੇ ਤੇ ਕੋਈ ਚਾਹੇ ਮੈਂ ਜਿੱਥੇ ਮਰਜ਼ੀ ਬੈਠਾ ਦੇਖ ਲਵੇ, ਕੋਈ ਮੇਰੇ ਤੇ ਗੁਨਾਹ ਨਹੀਂ ਸਾਬਤ ਕਰਦਾ। ਕਿਉਂ? ਕਿਉਂਕਿ ਤੁਹਾਡੇ ਦਰਾਤਮਾ ਨੂੰ ਮੈਂ ਉਹਨੂੰ ਸੰਭਾਲ ਕੇ ਰੱਖਿਆ, ਉਹਨੂੰ ਮੈਂ ਸ਼ੋਕਿਤ ਨਹੀਂ ਕੀਤਾ, ਉਹਨੂੰ ਮੈਂ ਨਾਰਾਜ਼ ਨਹੀਂ ਕੀਤਾ ਆਪਣੇ ਸਿਵਾ ਤੋਂ। ਹਾਲੇਲੂਇਆ, ਹਾਲੇਲੂਇਆ। ਅਸੀਂ ਕਹਿ ਸਕਦੇ ਹਾਂ ਕਿ ਕੌਣ ਆ ਜਿਹੜਾ ਮੇਰੇ ਤੇ ਗੁਨਾਹ ਸਾਬਤ ਕਰੇਗਾ, ਔਰ ਅਸੀਂ ਕਹਿਲਾਉਂਦੇ ਉਹਦੇ ਪੁੱਤਰ ਨਹੀਂ ਆਇਆ। ਚੁਗਲੀਆਂ ਵਾਲੀ ਆਦਤ ਅਸੀਂ ਨਹੀਂ ਛੱਡੀ, ਗਾਲਾਂ ਕੱਢਣ ਵਾਲੀ ਆਦਤ ਅਸੀਂ ਨਹੀਂ ਛੱਡੀ, ਨਸ਼ਾ ਕਰਨ ਵਾਲੀ ਆਦਤ ਅਸੀਂ ਨਹੀਂ ਛੱਡੀ, ਔਰ ਅਸੀਂ ਕਹਿਲਾਉਂਦੇ ਉਹਦੇ ਪੁੱਤਰ ਨਹੀਂ ਆਇਆ। ਤੁਸੀਂ ਦੂਸਰਿਆਂ ਨੂੰ ਕੀ ਦੱਸੋਗੇ ਅੱਜ ਤੁਹਾਡਾ ਛੁਟਕਾਰਾ ਨਹੀਂ ਹੋਇਆ? ਹਾਲੇ ਤੱਕ ਤੁਸੀਂ ਆਜ਼ਾਦੀ ਨਹੀਂ ਪਾਈ ਆ, ਕਿਸੇ ਦੂਸਰੇ ਨੂੰ ਕੀ ਦੱਸੋਗੇ ਕਿ ਯਿਸੂ ਮਸੀਹ ਦੇ ਕੋਲ ਆਓ ਤੇ ਤੁਹਾਨੂੰ ਆਜ਼ਾਦੀ ਮਿਲੇਗੀ। ਉਹ ਰਾਹ ਤੇ ਸੱਚਾਈ ਤੇ ਜੀਵਨ ਆ, ਤੁਹਾਨੂੰ ਰਾਹ ਮਿਲ ਗਿਆ, ਤੁਹਾਨੂੰ ਸੱਚਾਈ ਮਿਲ ਗਈ, ਤੁਹਾਨੂੰ ਜੀਵਨ ਮਿਲ ਗਿਆ, ਤਾਂ ਤੁਸੀਂ ਦੱਸ ਸਕਦੇ ਆ ਕਿਸੇ ਨੂੰ। ਉਹ ਫਰੀਸੀ ਤੇ ਗ੍ਰੰਥੀ ਆਖਦੇ ਸੀਗੇ ਕਿ ਜੇ ਕੋਈ ਚਰਚ ਦੀ ਸੌਂ ਖਾ ਲਵੇ ਤਾਂ ਕੋਈ ਗੱਲ ਨਹੀਂ, ਲੇਕਿਨ ਚਰਚ ਦੇ ਵਿੱਚ ਜਿਹੜਾ ਪਵਿੱਤਰ ਸਮਾਨ ਪਿਆ ਹੋਇਆ, ਜੇ ਕੋਈ ਉਹਦੀ ਸੌਂ ਖਾ ਲਵੇ ਤਾਂ ਉਹਨੂੰ ਪੂਰਾ ਕਰਨਾ ਪੈਣਾ ਹੈ। ਫਿਰ ਯਿਸੂ ਮਸੀਹ ਨੇ ਕੀ ਆਖਿਆ? ਹਾਂਜੀ, ਇਹ ਮੂਰਖੋ ਤੇ ਅੰਨਿਓ। ਹਾਂਜੀ, ਕਿਹੜਾ ਵੱਡਾ ਹੈ? ਇਹ ਮੂਰਖੋ ਤੇ ਅੰਨਿਓ ਕਿਹੜਾ ਵੱਡਾ ਆ? ਸੋਨਾ ਜਾਂ ਹੈਕਲ ਜੇ ਇਹ ਸੋਨੇ ਨੂੰ ਪਵਿੱਤਰ ਕੀਤਾ ਹੈ। ਹਾਲੇਲੂਇਆ, ਹਾਲੇਲੂਇਆ। ਜਿਹਨੇ ਜਣੇ ਸਮਝ ਰਹੇ ਆ ਉਤੋਂ ਤਾਂ ਨਹੀਂ ਲੰਘ ਰਿਹਾ। ਓਕੇ, ਅਤੇ ਕੰਟੀਨਿਊ ਕਰੀਏ ਜਲਦੀ ਸਰ। ਅਤੇ ਇਹ ਆਖਦੇ ਹੋ, ਹਾਂਜੀ, ਭਾਈ ਜੇ ਕੋਈ ਜਗਵੇਦੀ ਦੀ ਸੌਂ ਖਾਵੇ, ਜੇ ਕੋਈ ਜਗਵੇਦੀ ਦੀ ਸੌਂ ਖਾਵੇ ਤਾਂ ਕੁਝ ਗੱਲ ਨਹੀਂ। ਹਾਂਜੀ, ਪਰ ਜਿਹੜੀ ਭੇਡ ਉਸ ਉੱਤੇ ਹੈ। ਬਾਈਬਲ ਦੇ ਵਿੱਚ ਆਪਾਂ ਪੜ੍ਹਦੇ ਹਾਂ, ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਸਿਖਾ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹਾਂ ਕਿ ਜਿਹੜਾ ਕੋਈ ਜਗਵੇਦੀ ਦੀ ਸੌਂ ਖਾਂਦਾ ਤਾਂ ਕੋਈ ਗੱਲ ਨਹੀਂ, ਲੇਕਿਨ ਜਿਹੜੀ ਜਗਵੇਦੀ ਦੇ ਉੱਤੇ ਭੇਡ ਪਈ ਆ, ਅਗਰ ਕੋਈ ਉਹਦੀ ਸੌਂ ਖਾਂਦਾ ਤਾਂ ਉਹਨੂੰ ਕੀ ਕਰਨਾ ਪੈਣਾ? ਪੂਰੀ ਪੂਰਾ ਕਰਨਾ ਪੈਣਾ। ਔਰ ਯਿਸੂ ਮਸੀਹ ਨੇ ਕੀ ਆਖਿਆ? ਅਗਲਾ ਯਕੀਨ ਕਰੇ ਤੇ ਚਾਹੇ ਨਾ ਕਰੇ, ਤੁਹਾਨੂੰ ਸੌਹਾਂ ਖਾਣ ਦੀ ਜ਼ਰੂਰਤ ਨਹੀਂ ਆ। ਕਿਹੜੀ ਚੀਜ਼ ਤੁਸੀਂ ਖੁਦ ਬਣਾਈਆਂ ਜਿਹਦੀ ਸੌਂ ਖਾਓਗੇ? ਤੁਸੀਂ ਖੁਦ ਵੀ ਆਪਣੇ ਆਪ ਦੇ ਨਹੀਂ ਆ, ਤੁਹਾਨੂੰ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿਹਦੀ ਸੌਂ ਖਾਓਗੇ? ਮੈਂ ਮਸੀਹ ਲੋਕਾਂ ਨੂੰ ਸੌਂ ਖਾਂਦੇ ਦੇਖ ਕੇ ਆਇਆ, ਮੇਰੇ ਸੌਂ ਲੱਗੇ ਏਦਾਂ ਹੀ ਜਾਂਦਾ ਤਾ। ਭਾਈ ਬੱਚੇ ਲਿਖਿਆ ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਣੀ ਚਾਹੀਦੀ ਆ, ਇਸ ਤੋਂ ਵੱਧ ਕੇ ਆ ਉਹ ਪਾਪ ਆ। ਔਰ ਜਿਸ ਜੀਵਨ ਦੇ ਵਿੱਚ ਪਾਪ ਆ, ਪਰਮੇਸ਼ਵਰ ਪਾਪ ਤੋਂ ਨਫ਼ਰਤ ਕਰਦੇ ਆ, ਪਾਪੀ ਤੋਂ ਨਹੀਂ। ਔਰ ਪਾਪ ਨੂੰ ਆਪਣੇ ਅੰਦਰੋਂ ਕੱਢੋ, ਫਿਰ ਉਹਦੀ ਹਜ਼ੂਰੀ ਤੁਹਾਡੇ ਅੰਦਰ ਆਏਗੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ ਕੰਟੀਨਿਊ ਕਰੀਏ ਜਲਦੀ ਜ਼ਰਾ। ਕਿਹੜੀ ਵੱਡੀ ਹੈ ਭੇਡ ਜਾਂ ਜਗਵੇਦੀ ਜਿਹੜੀ ਭੇਡ ਨੂੰ ਪਵਿੱਤਰ ਕਰਦੀ ਹੈ? ਹਾਂਜੀ, ਇਸ ਦੀ ਜੇ ਕੋਈ ਜਗਵੇਦੀ ਦੀ ਸੌਂ ਖਾਂਦਾ ਹੈ, ਹਾਂਜੀ, ਤਾਂ ਉਹ ਦੀਆਂ ਵੀ ਸਭ ਚੀਜ਼ਾਂ ਸੀ, ਹਾਂਜੀ, ਜਿਹੜੀਆਂ ਉਸ ਉੱਤੇ ਹਨ ਸੌਂ ਖਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਕਿਸੇ ਵੀ ਚੀਜ਼ ਦੀ ਸੌਂ ਖਾਂਦੇ ਆ ਤੇ ਬਾਈਬਲ ਚ ਲਿਖਿਆ ਤੁਸੀਂ ਇਕੱਲੇ ਉਹਦੀ ਸੌਂ ਨਹੀਂ ਖਾਂਦੇ, ਉਹਦੇ ਅੰਦਰ ਜੋ ਕੁਛ ਵੀ ਹੈਗਾ ਤੁਸੀਂ ਉਹਦੀ ਵੀ ਸੌਂ ਖਾਂਦੇ। ਜਿੱਦਾਂ ਤੁਸੀਂ ਕਿਸੇ ਨੂੰ ਵਿਸ਼ਵਾਸ ਦਿਲਾਉਂਦੇ ਨੇ, ਕਹਿ ਦੋਗੇ ਕਿ ਮੈਨੂੰ ਚਰਚ ਦੀ ਸੌਂ ਲੱਗੇ, ਤੁਸੀਂ ਚਰਚ ਦੀ ਵੀ ਸੌਂ ਖਾ ਰਹੇ। ਚਰਚ ਦੇ ਵਿੱਚ ਜੋ ਕੁਛ ਵੀ ਹੈਗਾ, ਪਰਮੇਸ਼ਵਰ ਦੀ ਹਜ਼ੂਰੀ ਆ, ਪਰਮੇਸ਼ਵਰ ਦਾ ਸਿੰਘਾਸਨ ਆ, ਤੁਸੀਂ ਉਹਦੀ ਸਭ ਕਿਸੇ ਦੀ ਸੌਂ ਖਾਂਦੇ। ਮੈਨੂੰ ਸਵਰਗ ਦੀ ਸੌਂ ਲੱਗੇ, ਮੈਨੂੰ ਸਮਾਨ ਦੀ ਸੌਂ ਲੱਗੇ ਸੀ। ਬਾਈਬਲ ਚ ਲਿਖਿਆ ਤੁਸੀਂ ਉਹਦੇ ਵਿੱਚ ਜੋ ਕੁਛ ਆ, ਸਮਾਨ ਦੀ ਸੌਂ ਖਾਂਦੇ ਆ, ਉੱਥੇ ਸਵਰਗ ਆ, ਪਰਮੇਸ਼ਵਰ ਦਾ ਸਿੰਘਾਸਨ ਆ। ਔਰ ਸੌਂ ਖਾਣਾ ਪਰਮੇਸ਼ਵਰ ਨੇ ਮਨਾ ਕੀਤਾ ਹੋਇਆ, ਤੁਹਾਡੀ ਬੋਲਣ ਦੇ ਵਿੱਚ ਹਾਂ ਦੀ ਹਾਂ ਤੇ ਨਾ ਦੀ ਨਾ ਹੋਣੀ ਚਾਹੀਦੀ, ਕਦੀ ਵੀ ਸੌਂ ਨਹੀਂ ਕਿਸੇ ਵੀ ਚੀਜ਼। ਹਾਲੇਲੂਇਆ, ਹਾਲੇਲੂਇਆ। ਕਿੰਨੀਆਂ ਆਪਾਂ ਜਿਹੜੀਆਂ ਹਾਹਾਕਾਰਾਂ ਪਰਮੇਸ਼ਵਰ ਨੇ ਦਿੱਤੀਆਂ ਆ, ਕਿੰਨੀਆਂ ਪੜ੍ਹ ਲਈਆਂ ਆ,
मुंह ऊपर करो अपने, मैं क्या मुंह ऊपर करो अपने, देखो कि नलायक है हल्ले भी करते रहे ध्यान किसी का था। अलका बहन जी किन्निया वहां कर पड़ी है मुंह पर, हाँ जी छे जखी किन्निया बन जखी मुंह पर चार वाह रकेश मुंह पर किन्निया मतलब टाइम निकल गया और बेकार गया। रजिंदर भाई कितने है वो तो पांच पढ़ी है थोड़ा ध्यान कितने जी आ गया नहीं पढ़िया बिल्कुल सही है जैसे हंसते हो बिल्कुल सही है किथे तो ना ध्यान है जिन्हें हसना चाहिए से उन्होंने हसे नहीं और जिन्हें सही दसे हसन दे दस मतलब जो हसे उन्होंने भी नहीं पता सी। तेरह अध्याय पढ़ो देखो तेरह पहला तेरह चौदह पढ़िया एक एक बार हाय हाय बोलिया है हाय हाय मतलब मैं दो वर्ड नहीं बोले मतलब केड़े केड़े शब्दों के खुदा ने क्या केड़िया केड़िया गलतियां ने कर गई सारा हाहाकार कही तीन पढ़िया है ਕਈਆਂ ਨੂੰ ਮਤਲਬ ਸੁਣਨ ਦੇ ਵਿੱਚ ਦਿੱਕਤ ਆ ਗਈ ਤਿੰਨ ਟੌਪਿਕ ਮਤਲਬ ਆਪਾਂ ਹਾਂ ਹਾਂ ਕਰ ਕਰੇ ਪੜ੍ਹ ਚੁੱਕੇ ਹਾਲੇਲੂਇਆ ਹਾਲੇਲੂਇਆ ਅੱਗੇ ਕੰਟੀਨਿਊ ਕਰੀਏ ਜਲਦੀ ਦੇ ਨਾਲ ਅਤੇ ਜੋ ਵੀ ਹੈਕਲ ਦੀ ਸੋਹ ਖਾਂਦਾ ਹੈ ਹਾਂਜੀ ਤੋਂ ਉਸ ਦੀ ਅਰ ਉਸ ਦੇ ਵਿੱਚ ਮਹਿਲ ਵਰ ਦੀ ਵੀ ਸੋਹ ਖਾਂਦਾ ਹੈ ਅਤੇ ਜੋ ਵੀ ਸੁਰਖ ਦੀ ਸੋਹ ਖਾਂਦਾ ਹੈ ਹਾਂਜੀ ਜੋ ਪਰਮੇਸ਼ਰ ਦੇ ਸਿਗਾਰਨ ਦੀ ਹਾਂਜੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸੋਹ ਖਾਂਦਾ ਹੈ ਹਾਂਜੀ ਅਗੇ ਕੰਟੀਨਿਊ ਕਰੀਏ ਤੁਸੀਂ ਇਹ ਕਪੀ ਗ੍ਰੰਥੀਓ ਤੇ ਫਰੀਸੀਓ ਤੁਹਾਡੇ ਉੱਤੇ ਹਾਏ ਹਾਏ ਇਹ ਕਪੀ ਗ੍ਰੰਥੀਓ ਤੇ ਫਰੀਸੀਓ ਤੁਹਾਡੇ ਉੱਤੇ ਹਾਏ ਹਾਏ ਹਾਂਜੀ ਕਿਉਂ ਜੋ ਤੁਸੀਂ ਪੁਦੀਨੇ ਅਤੇ ਸੌਂਫ ਕਿਉਂ ਜੋ ਤੁਸੀਂ ਪੁਦੀਨੇ ਤੇ ਸੌਂਫ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ ਜੀਰੇ ਦਾ ਦਸਵੰਧ ਦਿੰਦੇ ਆ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਤੁਰੇਤ ਦੇ ਬਾਈਬਲ ਦੇ ਭਾਰੇ ਹੁਕਮਾਂ ਨੂੰ ਵੱਡੇ ਹੁਕਮਾਂ ਨੂੰ ਅਰਥਾਤ ਨਿਆਉ ਅਰ ਦਇਆ ਨਿਆਉ ਅਰ ਦਇਆ ਅਰ ਨੇਕਾਂ ਨੂੰ ਛੱਡ ਦਿੰਦਾ ਹੈ ਨੇਕਾਂ ਨੂੰ ਛੱਡ ਦਿੰਦਾ ਆ ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਪਰ ਚਾਹੀਦਾ ਸੀਗਾ ਜੋ ਇਹਨਾਂ ਨੂੰ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ ਉਹਨਾਂ ਨੂੰ ਵੀ ਨਾ ਛੱਡਦੇ ਇਹ ਅੰਨੇ ਆਗੋ ਜਿਹੜੇ ਬੱਚਨ ਪੜ ਲੈਂਦੇ ਇਹ ਅੰਨੇ ਆਗੋ ਜਿਹੜੇ ਮੱਛਰ ਪੋਣ ਲੈਂਦੇ ਜਿਹੜੇ ਮੱਛਰ ਨੂੰ ਪੋਣ ਲੈਂਦੇ ਆ ਅਤੇ ਊਠ ਨਿਕਲ ਜਾਂਦੇ ਨੇ ਊਠ ਨੂੰ ਨਿਕਲ ਜਾਂਦੇ ਆ ਬੋਲੋ ਹਾਲੇਲੂਇਆ ਹਾਲੇਲੂਇਆ ਹੁਣ ਤੁਸੀਂ ਸੋਚੋਗੇ ਜਿਨ੍ਹਾਂ ਦੀ ਸਮਝ ਘੱਟ ਹੈ ਉਹਨੂੰ ਊਠ ਨੂੰ ਕਿੱਦਾਂ ਨਿਕਲ ਸਕਦਾ ਬੰਦਾ ਮੱਛਰ ਨੂੰ ਪੋਣ ਲੈਣਾ ਹਾਂ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਪੁਦੀਨੇ ਦਾ ਸੌਂਫ ਦਾ ਸਾਰੇ ਦਸਵੰਧ ਦਿੰਦੇ ਆ ਇਕੱਲਾ ਦਸਵੰਧ ਦੇਣਾ ਕਾਫੀ ਨਹੀਂ ਹੈ ਬਾਕੀ ਵੀ ਵਚਨ ਤੁਹਾਡੇ ਲਈ ਆ ਬਾਕੀ ਵੀ ਵਚਨ ਤੁਹਾਡੇ ਲਈ ਆ ਬਾਕੀ ਜਿਹੜੀਆਂ ਆਗਿਆਵਾਂ ਆ ਉਹ ਵੀ ਮੰਨਣ ਦੇ ਲਈ ਕਿਹਾ ਆ ਸਿਰਫ ਦਸਵੰਧ ਦੇਣਾ ਕਾਫੀ ਨਹੀਂ ਆ ਕਈਆਂ ਦੇ ਲਈ ਇਹ ਵੀ ਬੜਾ ਔਖਾ ਆ ਔਰ ਜਿਹੜੇ ਦੇਣਾ ਸ਼ੁਰੂ ਕਰਦੇ ਉਹਨਾਂ ਦੇ ਲਈ ਸੌਖਾ ਆ ਬਸ ਦਸਵੰਧ ਦੇ ਦਿਓ ਪਾਸ ਖੁਸ਼ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਦਸਵੰਧ ਦੇ ਦੇਣਾ ਕਾਫੀ ਨਹੀਂ ਆ ਬਾਕੀ ਦੇ ਵਚਨ ਦਇਆ ਨਿਸ਼ਾ ਪਿਆਰ ਇਹ ਸਭ ਕੁਝ ਵੀ ਤੁਹਾਨੂੰ ਪੂਰਾ ਕਰਨਾ ਪੈਣਾ ਆ ਫਿਰ ਤੁਸੀਂ ਸੁਰਗ ਦੇ ਅਧਿਕਾਰੀ ਆ ਇਹ ਨਾ ਹੋਵੇ ਕਿ ਤੁਹਾਡੇ ਮਨ ਨੂੰ ਕੁਝ ਝੂਠਾ ਦਿਲਾਸਾ ਹੋਵੇ ਕਿ ਅਸੀਂ ਦਸਵੰਧ ਦੇ ਰਹੇ ਹਾਂ ਬਸ ਇਹ ਕਿ ਅਸੀਂ ਸੁਰਗ ਦੇ ਵਿੱਚ ਜਾਵਾਂਗੇ ਇਸ ਤਰ੍ਹਾਂ ਨਹੀਂ ਆ ਤੁਹਾਨੂੰ ਬਾਕੀ ਵਚਨ ਵੀ ਪੂਰੇ ਕਰਨੇ ਪੈਣੇ ਆ ਝੂਠ ਬੋਲਣ ਤੋਂ ਆਜ਼ਾਦੀ ਲੈਣੇ ਪੈਣੀ ਆ ਨਸ਼ਾ ਕਰਨ ਤੋਂ ਆਜ਼ਾਦੀ ਲੈਣੇ ਪੈਣੀ ਆ ਚੁਗਲੀਆਂ ਕਰਨ ਤੋਂ ਆਜ਼ਾਦੀ ਲੈਣੇ ਪੈਣੀ ਆ
रोज प्रार्थना करनी पैनी है, रोज सानू वचन पढ़ना पैना है। आप अपने शरीर नूं तंदुरुस्त रखने लई रोज रोटी खांदे हां और अपने आत्मा नूं भी तंदुरुस्त रखने दे लई स्वर्ग दे लई तैयार करन दे लई सानू रोज प्रार्थना करनी पैनी है, रोज सानू वचन पढ़ना पैना है। सिर्फ दसवंत दे दिन काफी नहीं है। हालेलुया हालेलुया। किन्ने जन मेरी गल समझ रहे हैं? नाल नाल तुहानू बाकी वचन भी पूरे करने पैने हैं। दसवंत भी देते रहने और बाकी भी वचन पूरे करने हैं। ऐसा लिखा है बाइबल दे विच। कर सकते अपने गौर दे नाल पढ़ लेना। लिखिया क्यों जो तुसी पुदीने दे सौंफ दे जीरे दा दसवंत देंदे आ और जिहड़ा वचना दे विच लिखे हुए हुक्म आ न्याय दे आ निश्चय तुसी ओनू छड्ड दिंदे आ। ਚਾਹੀਦਾ ਸੀਗਾ ਕਿ ਤੁਸੀਂ ਦਸਵੰਧ ਵੀ ਦਿੰਦੇ ਔਰ ਬਾਕੀ ਵਚਨ ਵੀ ਜਿਹੜੇ ਤੁਹਾਨੂੰ ਪਤਾ ਲੱਗਦੇ ਆ ਉਹਨਾਂ ਨੂੰ ਵੀ ਪੂਰਾ ਕਰਦੇ। ਕੱਲਾ ਦਸਵੰਧ ਦੇ ਕੇ ਨਾਲ ਸਵਰਗ ਦੇ ਵਿੱਚ ਨਹੀਂ ਚਲੇ ਜਾਣਾ, ਕੱਲਾ ਝੂਠ ਛੱਡ ਦੇਣਾ ਉਹਦੇ ਨਾਲ ਸਵਰਗ ਦੇ ਨਹੀਂ ਚਲੇ ਜਾਣਾ, ਪਰਮੇਸ਼ਵਰ ਦੇ ਨਾਲ ਪ੍ਰਤੀ ਦਿਨ ਹਜ਼ੂਰੀ ਦੇ ਵਿੱਚ ਰਹਿਣਾ ਹੈ। ਰੋਜ਼ ਦਾ ਪਰਮੇਸ਼ਵਰ ਦੇ ਨਾਲ ਰਿਸ਼ਤਾ ਹੋਣਾ ਚਾਹੀਦਾ ਹੈ। ਪਰਮੇਸ਼ਵਰ ਤੋਂ ਵੱਧ ਕੇ ਕੋਈ ਇਨਸਾਨ ਨਹੀਂ ਹੋਣਾ ਚਾਹੀਦਾ। ਬਾਈਬਲ ਚ ਲਿਖਿਆ ਪਰਮੇਸ਼ਵਰ ਨੇ ਕਿਹਾ ਤੇਰਾ ਸਿਰ ਸਿਰਫ ਔਰ ਸਿਰਫ ਮੇਰੇ ਅੱਗੇ ਝੁਕੇ। ਔਰ ਜਦੋਂ ਤੁਸੀਂ ਪ੍ਰਾਰਥਨਾ ਦਾ ਟਾਈਮ ਕਿਸੇ ਇਨਸਾਨ ਨੂੰ ਦੇ ਦਿੰਦੇ ਆ ਇਹਦਾ ਮਤਲਬ ਤੁਸੀਂ ਉਹਦੇ ਅੱਗੇ ਝੁਕ ਜਾਂਦੇ ਆ। ਤੁਹਾਡਾ ਬਾਈਬਲ ਪੜ੍ਹਨ ਦਾ ਟਾਈਮ ਆ ਔਰ ਤੁਹਾਨੂੰ ਫੋਨ ਆ ਰਿਹਾ ਆ ਜਾਂ ਫੋਨ ਦੇ ਉੱਤੇ ਤੁਸੀਂ ਮੈਸੇਜ ਦੇ ਵਿੱਚ ਲੱਗੇ ਹੋਏ ਆ ਇਹਦਾ ਮਤਲਬ ਤੁਹਾਡਾ ਜਿਹੜਾ ਟਾਈਮ ਆ ਉਹ ਜਿਸ ਜਿਹੜੇ ਤੁਸੀਂ ਅੱਗੇ ਹੋ ਚੁੱਕੇ ਆ ਪਰਮੇਸ਼ਵਰ ਤੋਂ ਅਲੱਗ ਆ, ਤੁਸੀਂ ਪਰਮੇਸ਼ਵਰ ਦੇ ਨਾਲ ਨਹੀਂ ਹੋ। ਬਾਈਬਲ ਚ ਲਿਖਿਆ ਯਿਸੂ ਮਸੀਹ ਨੇ ਕਿਹਾ ਕੈਸਰ ਦਾ ਕੈਸਰ ਨੂੰ ਤੇ ਪਰਮੇਸ਼ਵਰ ਦਾ ਪਰਮੇਸ਼ਵਰ। ਲੇਕਿਨ ਤੁਸੀਂ ਚੇਂਜ ਕਰਦੇ ਆ, ਪਰਮੇਸ਼ਵਰ ਦਾ ਟਾਈਮ ਤੁਸੀਂ ਕਿਤੇ ਹੋਰ ਨੂੰ ਦੇ ਦਿੰਦੇ ਆ। ਵਫਾਦਾਰ ਹੋ ਜਾਓ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਕਿ ਸਵੇਰ 7-8 ਜਿਹੜਾ ਟਾਈਮ ਆ ਉਹ ਪਰਮੇਸ਼ਵਰ ਦਾ ਪਰਮੇਸ਼ਵਰ ਦਾ ਹੈ। ਮੈਂ ਪਰਮੇਸ਼ਵਰ ਦੇ ਨਾਲ ਮੁਲਾਕਾਤ ਕਰਨੀ ਆ ਸਵੇਰ 7-8, ਰਾਤ ਨੂੰ 10-11 ਇਹਦੇ ਵਿੱਚ ਮੈਨੂੰ ਕੋਈ ਫੋਨ ਨਹੀਂ, ਕੋਈ ਮੇਰੇ ਕੋਲ ਨਾ ਆਵੇ, ਇਹ ਟਾਈਮ ਮੇਰਾ ਪਰਮੇਸ਼ਵਰ ਦਾ ਹੈ। ਇਹ ਵਫਾਦਾਰੀ ਆ ਉਹਦੇ ਵਿੱਚ ਕੋਈ ਆ ਵੀ ਜਾਵੇ ਉਹ ਤੁਹਾਡਾ ਇੰਤਜ਼ਾਰ ਕਰੇ ਕਾਰਨਾਂ ਤੋਂ ਬਾਅਦ ਤੁਹਾਨੂੰ ਮਿਲਣ ਦੇ। ਇਸ ਤਰ੍ਹਾਂ ਦੀ ਵਫਾਦਾਰੀ ਪਰਮੇਸ਼ਵਰ ਪਸੰਦ ਕਰਦੇ ਆ। ਬੋਲੋ ਹਾਲੇਲੂਯਾ 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 ਹਾਲੇਲੂਯਾ। ਜਿਹਨੇ ਜਿਹੜੇ ਸਮਝ ਰਹੇ ਆ ਦਸਵੰਧ ਵੀ ਦਿੰਦੇ ਰਹਿੰਦੇ ਔਰ ਬਾਕੀ ਵਚਨਾਂ ਨੂੰ ਵੀ ਪੂਰਾ ਕਰਦੇ। ਲੇਕਿਨ ਤੁਸੀਂ ਬਾਕੀਆਂ ਨੂੰ ਛੱਡ ਦਿੱਤਾ, ਜਿਹੜੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਉਹਨਾਂ ਨੂੰ ਕਰ ਰਹੇ ਆ ਪੂਰਾ, ਬਾਕੀ ਵੀ ਤੁਹਾਡੇ ਲਈ ਬਾਕੀ ਪਾਸਟਰ ਦੇ ਲਈ ਨਹੀਂ। ਇਹ ਨਾ ਹੋਵੇ ਕਿ ਤੁਹਾਨੂੰ ਜਿਹੜਾ ਜਿਹੜਾ ਸੌਖਾ ਲੱਗਦਾ ਤੁਸੀਂ ਉਸ ਬੱਚੇ ਨੂੰ ਪੂਰਾ ਕਰੀ ਚਲੋ ਔਰ ਸੋਚੋ ਬਾਕੀ ਚਲੋ ਪਾਸਟਰ ਕਰ ਹੀ ਰਹੇ। ਬਾਈਬਲ ਦੇ ਵਿੱਚ ਲਿਖਿਆ ਹਰ ਇੱਕ ਨੇ ਆਪਣਾ ਆਪਣਾ ਨਿਆਂ ਦੇਣਾ ਪਰਮੇਸ਼ਵਰ। ਮੈਂ ਤੁਹਾਡਾ ਨਹੀਂ ਕਰਦਾ, ਬੱਚੇ ਨੂੰ ਕਾਬੂ ਚ ਕਰੀ। ਹਰ ਇੱਕ ਨੇ ਆਪਣਾ ਆਪਣਾ ਨਿਆਂ ਪਰਮੇਸ਼ਵਰ ਨੂੰ ਦੇਣਾ ਹੈ। ਮੈਂ ਤੁਹਾਡਾ ਹਿਸਾਬ ਨਹੀਂ ਦੇਣਾ, ਨਾ ਹੀ ਸਿਫਾਰਿਸ਼ ਚੱਲਣੀ ਆ ਵੀ ਜੇ ਉੱਥੇ ਕਹੋ ਮੇਰੇ ਪਾਸਟਰ ਨੂੰ ਪੁੱਛੋ ਮੈਂ ਬਹੁਤ ਦੁਖੀ ਸੀਗਾ ਜਾਂ ਮੇਰਾ ਸ਼ਡਿਊਲ ਬਹੁਤ ਬਿਜੀ ਸੀਗਾ ਦੁਨਿਆਵੀ ਕੰਮਾਂ ਦੇ ਵਿੱਚ, ਪਾਸਟਰ ਸਾਹਿਬ ਨੂੰ ਪੁੱਛੋ ਤਾਂ ਮੈਂ ਦੱਸੀ ਸੀ ਆਪਣੀ ਪ੍ਰੋਬਲਮ, ਉੱਥੇ ਫਿਰ ਪਾਸਟਰ ਨੂੰ ਪੁੱਛਿਆ ਜਾਣਾ ਨਹੀਂ। ਹਾਲੇਲੂਯਾ ਹਾਲੇਲੂਯਾ। ਕਿੰਨੇ ਜਿਹੜੇ ਸਮਝ ਰਹੇ ਆ ਗੱਲ, ਜਦੋਂ ਇੱਥੋਂ ਨਿਕਲ ਗਈ ਨਾ ਜਾਨ ਸਰੀਰ ਦੇ ਵਿੱਚੋਂ ਠੱਕ ਆਤਮਾ ਨਿਕਲ ਗਿਆ ਬਸ ਫਿਰ ਕਹੋਗਾ ਨਹੀਂ, ਫਿਰ ਸਿੱਧਾ ਨਿਆਂ ਆਇਆ, ਫਿਰ ਨਾ ਕਹਿਣਾ ਮੈਨੂੰ 5 ਮਿੰਟ ਦਿਓ ਤੇ ਮੈਨੂੰ 2 ਮਿੰਟ ਦਿਓ, ਹੁਣ ਜੋ ਤੁਸੀਂ ਮਿੰਟ ਲੈਣੇ ਆ ਟਾਈਮ ਲੈਣਾ ਲੈ ਸਕਦੇ ਆ, ਹੁਣ ਸੁਧਰ ਸਕਦੇ ਆ, ਹੁਣ ਆਪਣਾ ਚਾਲ ਚੱਲਣ ਸੁਧਾਰ ਸਕਦੇ ਆ। ਅਗਰ ਕੋਈ ਤੁਹਾਡੇ ਉੱਪਰ ਇਸ ਤਰ੍ਹਾਂ ਦਾ ਕੋਈ ਵੀ ਕੰਮ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਬਾਈਬਲ ਦੇ ਖਿਲਾਫ ਆ, ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਉਹਦੇ ਲਈ, ਤੁਸੀਂ ਉਹ ਤੋਂ ਆਜ਼ਾਦੀ ਪ੍ਰਾਪਤ ਕਰੋਗੇ। ਹਾਲੇਲੂਯਾ 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 ਹਾਲੇਲੂਯਾ। ਦਿਖਾਵੇ ਦਾ ਜੀਵਨ ਨਹੀਂ ਪਰਮੇਸ਼ਵਰ ਪਸੰਦ ਕਰਦੇ, ਇਹ ਗੱਲ ਵੀ ਯਾਦ ਰੱਖਣਾ। ਮੈਂ ਚਿੱਟਾ ਚਿੱਟੇ ਵਾਈਟ ਡਰੈਸ ਪੂਰੀ ਪਾ ਲਵਾਂ ਔਰ ਤੁਹਾਨੂੰ ਲੱਗੇਗਾ ਕਿ ਲੱਗਦਾ ਫਾਸਟਰ ਸਾਹਿਬ ਕਿੰਨੇ ਸੋਹਣੇ ਲੱਗਦੇ ਪਏ ਆ, ਅੰਦਰ ਮੇਰੇ ਮੈਲ ਹੋਵੇ, ਅੰਦਰ ਮੇਰੇ ਅੰਦਰ ਪਾਪ ਹੋਵੇ, ਤਾਂ ਉਹ ਵਾਈਟ ਸਿਰਫ ਤੁਹਾਨੂੰ ਵਾਈਟ ਦਿਸੇਗਾ, ਉਹਨੂੰ ਉਹ ਬਲੈਕ ਵੀ ਦਿਸੇਗਾ ਜਿਹੜਾ ਅੰਦਰ ਆ। ਹਾਲੇਲੂਯਾ ਹਾਲੇਲੂਯਾ। ਮੈਂ ਤੁਹਾਨੂੰ ਦਿਖਾਉਣ ਦੇ ਲਈ ਨਹੀਂ, ਮੈਂ ਆਪਣੇ ਪਰਮੇਸ਼ਵਰ ਨੂੰ ਦਿਖਾਉਣ ਦੇ ਲਈ ਕਰਾਂਗਾ। ਅੰਦਰ ਵੀ ਸਾਫ ਚਾਹੀਦਾ ਹੈ, ਇਕੱਲਾ ਬਾਹਰ ਨਹੀਂ, ਬੜਾ ਨਹਾ ਧੋ ਕੇ ਆ ਜਾਓ ਰਗੜ ਰਗੜ ਕੇ ਮੂੰਹ, ਪਰਮੇਸ਼ਵਰ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਉਹਨੂੰ ਤੁਹਾਡਾ ਦਿਲ ਚਾਹੀਦਾ ਆ ਪਵਿੱਤਰ, ਦਿਲ ਚਾਹੀਦਾ ਆ ਸਾਫ, ਜਿੰਨੇ ਮਰਜ਼ੀ ਫਿਕਸ਼ਲ ਕਰਾ ਕੇ ਆ ਜਾਓ, ਜਿੱਥੇ ਮਰਜ਼ੀ ਸਲੂਨ ਦੇ ਵਿੱਚ ਚਲੇ ਜਾਓ, ਉਹ ਪਾਪ ਨਹੀਂ ਸਾਫ ਕਰਨੇ, ਉਹਨੇ ਤੁਹਾਡੇ ਧੱਬੇ ਨਹੀਂ ਸਾਫ ਕਰਨੇ ਆ ਜਿਹੜੇ ਤੁਹਾਡੇ ਦਿਲ ਦੇ ਉੱਤੇ ਪਏ ਹੋਏ ਆ, ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਏ ਹੋਏ ਆ, ਉਹਨੇ ਸਿਰਫ ਪਰਮੇਸ਼ਵਰ ਦੇ ਕਲਾਮ ਨੇ ਹੀ ਸਾਫ ਕਰਨੇ ਆ।
ਔਰ ਪਰਮੇਸ਼ਵਰ ਦਿਖਾਵੇ ਦਾ ਜੀਵਨ ਪਸੰਦ ਨਹੀਂ ਕਰਦੇ। ਮੇਰੀ ਗੱਲ ਯਾਦ ਰੱਖਣਾ ਕਿ ਤੁਸੀਂ ਦਿਖਾਵੇ ਦੇ ਰਹੇ, ਕੋਈ ਅਗਰ ਮਸੀਹ ਭਾਈ ਮਿਲ ਗਿਆ ਆ ਉਹਦੇ ਸਾਹਮਣੇ ਬੜੀ ਉੱਚੀ ਉੱਚੀ ਦੁਆ ਕਰੋ, ਉਹਦੇ ਸਾਹਮਣੇ ਬੜੀ ਗੈਰ ਭਾਸ਼ਾ ਬੋਲੋ, ਔਰ ਪਰਸਨਲੀ ਤੁਹਾਡਾ ਅਲੱਗ ਜੀਵਨ ਜਿਹੜਾ ਉਹ ਪਾਪਾਂ ਨਾਲ ਭਰਿਆ ਹੋਵੇ। ਇਸ ਤਰ੍ਹਾਂ ਦਾ ਜੀਵਨ ਪਰਮੇਸ਼ਵਰ ਪਸੰਦ ਪਾਸਟਰ ਤੋਂ ਅਲੱਗ ਹੋ ਕੇ ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਆਪਣੇ ਮਾਤਾ ਪਿਤਾ ਤੋਂ ਪਰੋਕੇ ਹੋ ਕੇ ਬਹੁਤ ਕੁਛ ਕਰ ਸਕਦੇ ਹੋ, ਪਾਪ ਕਰਕੇ ਬੜੇ ਸਾਫ਼ ਸੁਥਰੇ ਬਣ ਕੇ ਤੁਸੀਂ ਆਪਣੇ ਘਰ ਦੇ ਵਿੱਚ ਆ ਸਕਦੇ ਹਾਂ, ਚਰਚ ਦੇ ਵਿੱਚ ਆ ਸਕਦੇ ਹਾਂ, ਲੇਕਿਨ ਜਿੱਥੇ ਤੁਸੀਂ ਪਾਪ ਕੀਤਾ ਉੱਥੇ ਵੀ ਦੇਖ ਰਿਹਾ ਤੁਹਾਨੂੰ। ਹਾਲੇਲੂਇਆ, ਹਾਲੇਲੂਇਆ, ਕਿੰਨੇ ਜਣੇ ਸਮਝ ਰਹੇ ਮੇਰੀ ਗੱਲ? ਪਰਮੇਸ਼ਵਰ ਦਿਖਾਵੇ ਦਾ ਜੀਵਨ ਪਸੰਦ ਨਹੀਂ ਕਰਦੇ, ਕੱਲੀਆਂ ਟਾਈਆਂ ਨਾ ਲੈਣੀਆਂ ਕਾਫੀ ਨਹੀਂ ਹੈ। ਮੈਂ ਟੀਮ ਨੂੰ ਸਮਝਾਉਂਦਾ ਵੀ ਰਹਿੰਦਾ ਹਾਂ ਕਿ ਇਕੱਲੀਆਂ ਵਾਈਟ ਸ਼ਰਟਾਂ ਪਾ ਲੈਣੀਆਂ ਕਾਫੀ ਨਹੀਂ ਹੈ, ਅੰਦਰੋਂ ਵੀ ਵਾਈਟ ਚਾਹੀਦੀ ਹੈ। ਜਿਹੜੇ ਅੰਦਰੋਂ ਵਾਈਟ ਆ ਉਹੀ ਇੱਥੇ ਖੜੇ ਹੋਏ, ਜਿਹੜੇ ਸ਼ੁਰੂ ਤੋਂ ਚਰਚ ਦੇ ਨਾਲ ਜੁੜੇ ਉਹਨਾਂ ਨੂੰ ਪਤਾ ਆ ਇੱਥੇ ਬੜੇ ਗਾਉਣ ਵਾਲੇ ਆਏ, ਬੜੇ ਵਜਾਉਣ ਵਾਲੇ ਆਏ, ਲੇਕਿਨ ਉਹਨਾਂ ਦੇ ਅੰਦਰ ਸਾਫ਼ ਨਹੀਂ ਸੀ। ਯਾਦ ਹੈ ਜਾਂ ਨਹੀਂ? ਜਿਹੜੇ ਸ਼ੁਰੂ ਤੋਂ ਚਰਚ ਦੇ ਨਾਲ ਜੁੜੇ ਉਹਨਾਂ ਨੂੰ ਪਤਾ ਆ, ਉਹ ਫਿਰ ਆਪਣੇ ਆਪ ਹੀ ਚਰਚ ਬਹਾਨੇ ਦੇ ਨਾਲ ਚਲੇ ਗਏ, ਆਪਣੇ ਅਸੀਂ ਕੱਢਿਆ ਨੇ ਆਪਣੇ ਆਪ ਹੀ ਪਰਮੇਸ਼ਵਰ ਵੱਲੋਂ। ਔਰ ਮੈਂ ਇੱਦਾਂ ਚਾਹੁੰਦਾ ਕਿ ਮੈਨੂੰ ਪਰਫੈਕਟਲੀ ਚਾਹੀਦੀ ਜਿੱਦਾਂ ਪਰਮੇਸ਼ਵਰ ਚਾਹੁੰਦਾ ਹੈ। ਹਾਲੇਲੂਇਆ, 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 ਹਾਲੇਲੂਇਆ। ਔਰ ਮੈਨੂੰ ਦਿਖਾਵਾ ਕਰਨ ਵਾਲੇ ਨਹੀਂ ਚਾਹੀਦੇ। ਕਿੰਨੇ ਜਾਣੇ ਮੇਰੀ ਗੱਲ ਸਮਝ ਰਹੇ? ਔਰ ਜੋ ਤੁਸੀਂ ਦਿਖਾ ਰਹੇ ਹੋ ਤੁਹਾਡੇ ਅੰਦਰ ਹੋਣਾ ਵੀ ਚਾਹੀਦਾ ਆ। ਇਹ ਨਹੀਂ ਹੈ ਕਿ ਤੁਸੀਂ ਸਾਬਿਤ ਕਰੋ ਕਿ ਅਸੀਂ ਬਹੁਤ ਪਵਿੱਤਰ ਆ, ਪਰ ਪਵਿੱਤਰਤਾ ਹੀ ਤੁਹਾਡੇ ਅੰਦਰ ਹੋਣੀ ਵੀ ਚਾਹੀਦੀ ਹੈ। ਅਸੀਂ ਬਹੁਤ ਪ੍ਰਾਰਥਨਾ ਕਰਦੇ ਬਹੁਤ ਕਹਿ ਕੇ ਗੈਰ ਭਾਸ਼ਾ ਬੋਲਦੇ ਹਾਂ, ਇਹ ਤੁਹਾਡੇ ਅੰਦਰ ਹੋਣੇ ਚਾਹੀਦੇ ਆ ਜਦ ਤੁਸੀਂ ਆਪਣੇ ਘਰ ਦੇ ਵਿੱਚ ਦਵਾ ਕਰੋ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਬੋਰ ਹੋ ਰਹੇ ਆ? ਸਮਝ ਆ ਰਹੀ ਹੈ ਸਭ ਨੂੰ? ਹਾਂਜੀ, ਬੋਲੋ ਹਾਲੇਲੂਇਆ, ਹਾਲੇਲੂਇਆ। ਦਿਖਾਵੇ ਦਾ ਜੀਵਨ ਪਰਮੇਸ਼ਵਰ ਪਸੰਦ ਨਹੀਂ ਕਰਦੇ ਆ। ਅੱਗੇ ਕੰਟੀਨਿਊ ਕਰੀਏ, ਪਰਮੇਸ਼ਵਰ ਦੇ ਕਲਾਮ 'ਚ ਕੀ ਲਿਖਿਆ? ਥਾਲੀ ਨੂੰ ਬਾਹਰੋਂ ਸਾਫ ਕਰਦੇ ਹਾਂ ਪਰ ਅੰਦਰੋਂ ਲੁੱਟ ਅਤੇ ਵੀ ਬਦ ਪ੍ਰਹੇਜ਼ੀ ਨਾਲ ਭਰੇ ਹੋਏ ਹਨ। ਅੰਦਰੋਂ ਉਹ ਲੁੱਟ ਤੇ ਬਦ ਪ੍ਰਹੇਜ਼ੀ ਦੇ ਨਾਲ ਭਰੇ ਹੋਏ ਹਨ। ਟਾਈਮ ਬਚਾ ਲਈਏ, ਸਮਝ ਗਏ ਆ? ਬਾਈਬਲ ਚ ਲਿਖਿਆ ਅੰਦਰੋਂ ਬਦ ਪ੍ਰਹੇਜ਼ੀ ਦੇ ਨਾਲ ਭਰੇ ਹੋਏ ਆ, ਜੇ ਬਾਹਰੋਂ ਸਾਫ਼ ਆ ਤੇ ਪਰਮੇਸ਼ਵਰ ਨੂੰ ਅੰਦਰੋਂ ਵੀ ਸਾਫ਼ ਚਾਹੀਦੇ ਆ। ਦਿਖਾਵੇ ਦਾ ਜੀਵਨ ਨਾ ਜੀਏ, ਦਿਖਾਵੇ ਵਾਲਾ ਜੀਵਨ ਪਰਮੇਸ਼ਵਰ ਨੂੰ ਪਸੰਦ ਨਹੀਂ ਹੈ, ਨਾ ਹੀ ਪਰਮੇਸ਼ਵਰ ਉਹਨਾਂ ਜੀਵਨਾਂ ਤੋਂ ਖੁਸ਼ ਹੋ ਸਕਦਾ ਆ ਜਿਹੜੇ ਦਿਖਾਵੇ ਦਾ ਜੀਵਨ ਜਿਉਂਦੇ ਆ। ਕੀ ਦਿਖਾਵੇ ਦੇ ਲਈ ਵੀ ਉਹ ਬਹੁਤ ਅੱਛਾ ਆ, ਬਹੁਤ ਅੱਛੇ ਕੱਪੜੇ ਪਾਏ, ਬਹੁਤ ਅੱਛਾ ਲੈਵਲ ਹੈ ਉਹਨਾਂ ਦਾ, ਸਟੈਂਡਰਡ ਆ, ਬਹੁਤ ਪੈਸਾ ਕਮਾ ਚੁੱਕੇ ਆ, ਲੇਕਿਨ ਅੰਦਰ ਪਾਪ ਆ। ਤੁਹਾਡਾ ਕਮਾਇਆ ਹੋਇਆ ਪੈਸਾ ਪਰਮੇਸ਼ਵਰ ਦੇ ਵਚਨਾਂ ਦੀ ਉਲੰਘਣਾ ਦੇ ਨਾਲ ਉਹ ਤੁਹਾਨੂੰ ਸਵਰਗ ਤੇ ਨਹੀਂ ਲੈ ਕੇ ਜਾ ਸਕਦਾ। ਪਰਮੇਸ਼ਵਰ ਦੇ ਵਚਨਾਂ ਨੂੰ ਤੋੜ ਕੇ ਤੁਸੀਂ ਪੈਸਾ ਤਾਂ ਬਹੁਤ ਕਮਾ ਲਓਗੇ ਦੁਨੀਆਂ ਦੇ ਉੱਤੇ, ਲੇਕਿਨ ਉਹ ਤੁਹਾਨੂੰ ਸਵਰਗ ਤੇ ਨਹੀਂ ਲੈ ਕੇ ਜਾ ਸਕਦਾ, ਉਹ ਤੁਹਾਨੂੰ ਜ਼ਿੰਦਗੀ ਨਹੀਂ ਦੇ ਸਕਦਾ, ਉਹ ਤੁਹਾਨੂੰ ਛੁਟਕਾਰਾ ਨਹੀਂ ਦੇ ਸਕਦਾ, ਉਹ ਤੁਹਾਨੂੰ ਆਜ਼ਾਦੀ ਨਹੀਂ ਦੇ ਸਕਦਾ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਸਮਝ ਰਹੇ ਮੇਰੀ ਗੱਲ ਨੂੰ? ਪਹਿਲਾਂ ਤੁਹਾਨੂੰ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਆਉਣਾ ਪਏਗਾ, ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਅੰਦਰੋਂ ਸਾਫ਼ ਕਰਨਾ ਪਏਗਾ, ਬਾਹਰ ਤੁਸੀਂ ਆਟੋਮੈਟਿਕਲੀ ਸਾਫ਼ ਕਰਦੇ ਜਾਓਗੇ। ਕਿੰਨੇ ਜਣੇ ਸਮਝ ਰਹੇ ਆ ਗੱਲ? ਆਪਣੇ ਆਪ ਨੂੰ ਬਾਹਰੋਂ ਸਾਫ਼ ਕਰਨ ਦੀ ਕੋਸ਼ਿਸ਼ ਨਾ ਕਰੀਏ, ਆਪਣੇ ਆਪ ਨੂੰ ਅੰਦਰੋਂ ਸਾਫ਼ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਤੁਸੀਂ ਬਾਹਰੋਂ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਅੰਦਰੋਂ ਸਾਫ਼ ਨਹੀਂ ਕਰ ਸਕਦੇ ਤੁਸੀਂ ਆਪਣੇ ਆਪ ਨੂੰ।
ਪਰਮੇਸ਼ੁਰ ਦੇ ਕਲਾਮ ਦੇ ਅਨੁਸਾਰ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਤੁਸੀਂ ਅੰਦਰੋਂ ਸਾਫ਼ ਕਰੋ, ਯਿਸੂ ਮਸੀਹ ਨੇ ਕਿਹਾ। ਤਾਂ ਬਾਹਰੋਂ ਤੁਸੀਂ ਆਪਣੇ ਆਪ ਸਾਫ਼ ਕਰ ਦਿੰਦੇ ਜਾਓ, ਆਪਣੇ ਆਪ ਪਰਮੇਸ਼ੁਰ ਤੁਹਾਨੂੰ ਸਮਝ ਦੇਗਾ ਕਿੱਦਾਂ ਦਾ ਕੱਪੜਾ ਪਾਉਣਾ, ਕਦੋਂ ਕਿੱਦਾਂ ਦਾ ਸਟਾਈਲ ਰੱਖਣਾ ਆ, ਸਭ ਕੁਛ ਤੁਹਾਨੂੰ ਪਰਮੇਸ਼ੁਰ ਦਾ ਆਤਮਾ ਸਿਖਾਏਗਾ। ਲੇਕਿਨ ਤੁਸੀਂ ਪਹਿਲਾਂ ਹੀ ਸਟਾਈਲਿਸ਼ ਹੋ ਜਾਂਦੇ ਆ ਅੰਦਰ, ਫਿਰ ਬਦ ਪਰਹੇਜੀ ਰਹਿੰਦੇ ਆ। ਆਪਣੀ ਥਾਲੀ ਨੂੰ ਅੰਦਰੋਂ ਸਾਫ ਕਰੋ, ਬਾਹਰੋਂ ਨਹੀਂ। ਆਪਣੀ ਥਾਲੀ ਨੂੰ ਥੱਲਿਓ ਸਾਫ ਨਾ ਕਰੋ, ਉਪਰੋਂ ਸਾਫ ਕਰੋ, ਜਿੱਥੇ ਖਾਣਾ ਰੱਖ ਕੇ ਖਾਣਾ ਹੈ। ਅੰਦਰੋਂ ਸਾਫ ਕਰੋ ਜਿੱਥੇ ਯਿਸੂ ਮਸੀਹ ਨੇ ਆਉਣਾ ਹੈ, ਬਾਹਰੋਂ ਨਹੀਂ। ਬਾਹਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਅਸੀਂ ਛੱਡ ਕੇ ਆਉਣਾ ਹੈ ਕਬਰਾਂ 'ਚ ਜਿਹਨੂੰ ਸਾਫ਼ ਕਰਦੇ ਹਾਂ। ਹਾਲੇਲੂਯਾ, ਹਾਲੇਲੂਯਾ। ਆਤਮਾ ਨੂੰ ਤਿਆਰ ਕਰੋ, ਅੰਦਰ ਨੂੰ ਤਿਆਰ ਕਰੋ, ਸਰੀਰ ਦੀ ਪਰਵਾਹ ਨਾ ਕਰੋ, ਇਹਨੂੰ ਛੱਡਣਾ ਚਾਹ ਜਾਣੇ ਨੇ, ਬਸ ਟੈਨਸ਼ਨ ਨਾ ਲਓ। ਇਹ ਜਿੱਦਾਂ ਦਾ ਵੀ ਹੋਊਗਾ ਅਸੀਂ ਛੱਡ ਕੇ ਆਵਾਂਗੇ, ਸਾਡੀ ਜ਼ਿੰਮੇਵਾਰੀ ਹੈ। ਬੜੇ ਅਦਬ ਦੇ ਨਾਲ ਵਚਨਾਂ ਦੇ ਮੁਤਾਬਿਕ ਆਤਮਾ ਦੀ ਕੇਅਰ ਕਰੋ, ਆਤਮਾ ਨੂੰ ਤਿਆਰ ਕਰੋ। ਚੰਗਿਆਈ ਤੁਹਾਨੂੰ ਯਿਸੂ ਮਸੀਹ ਨੇ ਦੇਣੀ ਆ, ਚੰਗਿਆਈ ਤੁਹਾਨੂੰ ਪਾਸਟਰ ਨੇ ਨਹੀਂ ਦੇਣੀ। ਅਗਰ ਤੁਸੀਂ ਵਿਸ਼ਵਾਸ ਦੇ ਨਾਲ ਘਰ ਦੇ ਵਿੱਚ ਆਉਂਦੇ, ਇੱਧਰ ਉੱਧਰ ਭਟਕਣ ਦੇ ਨਾਲ ਚੰਗਿਆਈ ਨਹੀਂ ਮਿਲਣੀ। ਜਿੱਥੇ ਮਰਜ਼ੀ ਚਲੇ ਜਾਓ, ਵਫ਼ਾਦਾਰ ਹੋ ਜਾਓ, ਚੰਗਿਆਈ ਤੁਹਾਨੂੰ ਉਦੋਂ ਮਿਲ ਰਹੀ ਹੈ। ਜਿਹੜੇ ਮਰਜ਼ੀ ਪਾਸਟਰ ਕੋਲ ਹੱਥ ਰੱਖ ਕੇ ਦੁਆ ਕਰਾ ਲਓ, ਤੁਹਾਨੂੰ ਉਦੋਂ ਚੰਗਿਆਈ ਨਹੀਂ ਮਿਲਣੀ। ਚੰਗਿਆਈ ਤੁਹਾਨੂੰ ਉਦੋਂ ਮਿਲਣੀ ਜਦੋਂ ਤੁਸੀਂ ਪਰਫੈਕਟ ਹੋ ਗਏ, ਜਦੋਂ ਅੰਦਰੋਂ ਧੋ ਹੋ ਗਏ, ਜਦੋਂ ਆਪਣੇ ਆਪ ਨੂੰ ਅੰਦਰੋਂ ਸਾਫ਼ ਮਿਲਿਆ, ਚੰਗਿਆਈਆਂ ਨੂੰ ਉਦੋਂ ਮਿਲ ਰਹੀ ਆ, ਆਜ਼ਾਦੀ ਤੁਹਾਨੂੰ ਉਦੋਂ ਮਿਲ ਰਹੀ ਆ। ਮੈਨੂੰ ਕਹੋ, ਮੈਂ 15-20 ਮਿੰਟ ਕੀ ਅੱਧਾ ਘੰਟਾ ਹੱਥ ਰੱਖ ਕੇ ਦੁਆ ਕਰਨਾ ਤੁਹਾਡੇ ਉੱਤੇ, ਨਹੀਂ ਮਿਲਣੇ ਚੰਗਿਆਈ। ਪਰਫੈਕਟ ਹੋ ਜਾਓ, ਅੰਦਰੋਂ ਆਪਣੇ ਜਿਹੜੀ ਬਦ ਪਰਹੇਜ਼ੀ ਆ ਉਹਨੂੰ ਠੀਕ ਕਰੋ। ਹਾਲੇਲੂਯਾ, ਹਾਲੇਲੂਯਾ। ਕਿਹਨੇ ਜਿਹੜੇ ਸਮਝ ਰਹੇ ਆ ਗੱਲ, ਹਾਂਜੀ ਅੱਗੇ ਕੰਟੀਨਿਊ ਕਰੀਏ। ਇੱਕ ਆਪਣੀ ਗ੍ਰੰਥੀ ਉਹਦੇ ਪ੍ਰੀਤੀ ਹੋ, ਹਾਂਜੀ ਤੁਹਾਡੇ ਉੱਤੇ ਵੀ ਹਾਏ ਹਾਏ, ਕਿਉਂ ਜੋ ਤੁਸੀਂ ਕਲੀ ਜਿਹੜੀਆਂ ਹੋਈਆਂ ਕਬਰਾਂ ਵਰਗੇ ਹੋ। ਲਿਖਿਆ ਯਿਸੂ ਮਸੀਹ ਨੇ ਕਿਹਾ ਹੈ, ਫਰੀਸੀਓ ਤੇ ਗ੍ਰੰਥੀਓ ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਪੇਂਟ ਕੀਤੀਆਂ ਹੋਈਆਂ, ਸਫੇਦੀ ਕੀਤੀਆਂ ਹੋਈਆਂ ਕਬਰਾਂ ਦੇ ਵਰਗੇ ਆ, ਜਿਹੜੀਆਂ ਬਾਹਰੋਂ ਤਾਂ ਸੋਹਣੇ ਦਿਸਦੀਆਂ ਹਨ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਖਦੀਆਂ ਆ, ਪਰ ਅੰਦਰੋਂ ਮੁਰਦੇ ਦੀਆਂ ਹੱਡੀਆਂ, ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪ੍ਰਕਾਰ ਦੀ ਪਲੀਦੀ ਨਾਲ ਭਰੀਆਂ ਹੋਈਆਂ ਹਨ, ਹਰ ਪ੍ਰਕਾਰ ਦੀ ਪਲੀਦੀ ਦੇ ਨਾਲ ਭਰੀਆਂ ਹੋਈਆਂ ਆ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ, ਇਸੇ ਤਰ੍ਹਾਂ ਤੁਸੀਂ ਬਾਹਰੋਂ ਵੀ ਮਨੁੱਖਾਂ ਨੂੰ ਧਰਮੀ ਦਿਖਾਈ ਦਿੰਦੇ ਆ, ਪਰ ਅੰਦਰੋਂ ਕਪਟ ਅਰ ਕੁਧਰਮ ਨਾਲ ਭਰੇ ਹੋਏ ਹੋ। ਅੰਦਰੋਂ ਤੁਸੀਂ ਕਪਟ ਤੇ ਕੁਧਰਮ ਦੇ ਨਾਲ ਭਰੇ ਹੋਏ ਆ, ਅੰਦਰੋਂ ਤੁਸੀਂ ਪਾਪ ਦੇ ਨਾਲ ਭਰੇ ਹੋਏ ਆ। ਕਿੰਨੇ ਜਿਹੜੇ ਸਮਝ ਰਹੇ ਇਸ ਗੱਲ ਨੂੰ, ਯਿਸੂ ਮਸੀਹ ਫਿਰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਦਿਖਾਵੇ ਦਾ ਜੀਵਨ ਜੀ ਰਹੇ ਆ ਕਿ ਅਸੀਂ ਬਹੁਤ ਪਵਿੱਤਰ, ਬਹੁਤ ਇਮਾਨਦਾਰ ਆ, ਬਹੁਤ ਵਚਨਾਂ ਦੇ ਉੱਤੇ ਚੱਲਣ ਵਾਲੇ ਆ। ਪਰਸੋਂ ਅਸੀਂ ਪਹਿਲਾਂ 10-10 ਘੰਟੇ ਦੁਆ ਪੜ੍ਹਦੇ ਹੁੰਦੇ ਸੀ, 5-5 ਘੰਟੇ, ਹੁਣ ਸਾਡੇ ਕੋਲ ਦੁਆ ਨਹੀਂ ਹੁੰਦੀ। ਪਹਿਲਾਂ ਦਾ ਜੀਵਨ ਜਿਹੜਾ ਬੀਤ ਗਿਆ ਖਤਮ, ਉਹ ਚੇਤੇ ਨੇ ਕੀਤਾ ਜਾਣਾ, ਜੋ ਹੁਣ ਪ੍ਰੈਜ਼ੈਂਟ ਆ ਉਹ ਚੇਤੇ ਕੀਤਾ ਜਾਣਾ ਹੈ। ਉਹਦੇ ਵਿੱਚ ਤੁਸੀਂ ਆਪਣੇ ਆਪ ਦਾ ਜੀਵਨ ਦੇਖੋ, ਤੁਸੀਂ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹੋ। ਪਹਿਲਾਂ ਜੋ ਬੀਤ ਗਿਆ ਉਹ ਬੀਤ ਗਿਆ, ਪਹਿਲਾਂ 2 ਘੰਟੇ 5 ਘੰਟੇ 7 ਘੰਟੇ ਦਵਾ ਸੀਗੀ, ਉਹ ਖਤਮ ਹੋ ਗਈ ਆ। ਹੁਣ ਦੇਖੋ ਕਿਉਂ ਨਹੀਂ ਕਰ ਪਾ ਰਹੇ, ਕਿਉਂ ਅੰਦਰ ਬਦ ਪਰਹੇਜ਼ੀ ਆ ਗਈ। ਕਬਰਾਂ ਦੇਖੀਆਂ, ਕਿਸੇ ਨੂੰ ਕਬਰਾਂ ਦੇ ਵਿੱਚ ਜਾ ਕੇ ਦੇਖੋ, ਕਈਆਂ ਨੇ ਬਹੁਤ ਅੱਛੇ ਤਰੀਕੇ ਨਾਲ ਆਪਣੇ ਪਿਓ ਦਾਦੇ ਦੀ ਕਬਰਾਂ ਸਵਾਰੀਆਂ ਹੁੰਦੀਆਂ, ਪੱਥਰ ਲਵਾ ਕੇ, ਸੋਹਣੀਆਂ ਲੱਗਦੀਆਂ ਆ, ਲੱਗਦੀਆਂ ਨਹੀਂ ਲੱਗਦੀਆਂ। ਕਿਸੇ ਨੇ ਕਾਲਾ ਪੱਥਰ ਲਵਾਇਆ ਹੁੰਦਾ, ਕਿਸੇ ਨੇ ਕਿਸ ਤਰ੍ਹਾਂ ਦਾ ਨੰਬਰ ਪਲੇਟ ਲਗਾਈ ਹੋਈ ਉੱਪਰ, ਜੋ ਵੀ ਹੁੰਦਾ ਉਹ ਸਾਈਨ ਪਲੇਟ। ਲੇਕਿਨ ਜੇ ਉਹਨੂੰ ਖੋਲੂਗੇ ਤਾਂ ਫਿਰ ਅੰਦਰੋਂ ਕੀ ਆਏਗਾ, ਕੀ ਆਊਗੀ? ਤਾਂ ਜੇ ਪਰਮੇਸ਼ੁਰ ਹੁਣ ਤੁਹਾਡੇ ਦਿਲ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਉਹਨੂੰ ਬਦਬੂ ਆ ਰਹੀ ਆ ਪਾਪ ਦੀ, ਆਪਣੇ ਅੰਦਰ ਨੂੰ ਸਾਫ਼ ਕਰੋ, ਬਾਹਰੋਂ ਤੁਸੀਂ ਆਪਣੇ ਆਪ ਸਾਫ਼ ਕੀਤੇ ਜਾਓਗੇ। ਪਰਮੇਸ਼ੁਰ ਨੇ ਤੁਹਾਡੇ ਬਾਹਰ ਨਹੀਂ ਆਉਣਾ, ਪਰਮੇਸ਼ੁਰ ਨੇ ਤੁਹਾਡੇ ਅੰਦਰ ਆਉਣਾ ਹੈ। ਆਪਣੇ ਅੰਦਰ ਨੂੰ ਸਾਫ਼ ਕਰੋ, ਉਹ ਅੰਦਰ ਆਉਣ ਦੀ ਕੋਸ਼ਿਸ਼ ਤਾਂ ਕਰਦੇ ਆ, ਲੇਕਿਨ ਬਦਪਰਹੇਜ਼ੀ ਆ, ਅੰਦਰ ਬਦਬੂ ਆ ਰਹੀ ਹੈ ਦਿਲ ਦੇ ਵਿੱਚੋਂ, ਪਾਪ ਦੀ, ਬੁਰਾਈ ਦੀ, ਈਰਖਾ ਦੀ,
गुस्से की लड़ाई झगड़े की थी। हालेलुया हालेलुया। ਲਿਖਿਓ ਕਬਰਾਂ ਸੋਹਣੀਆਂ ਤਾਂ ਲੱਗਦੀਆਂ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਤੇ ਹਰ ਪ੍ਰਕਾਰ ਦੀ ਪਲੀਤੀ ਦੇ ਨਾਲ ਭਰੀਆਂ ਹੋਈਆਂ ਆ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਦਿਖਾਈ ਦਿੰਦੇ ਆ, ਚਿੱਟੇ ਕੱਪੜੇ ਪਾ ਲੈਣਾ ਪਵਿੱਤਰਤਾ ਇਹਨੂੰ ਨਹੀਂ ਦਰਸਾਉਂਦਾ। ਤੁਹਾਡੇ ਕੰਮ ਤੁਹਾਡੇ ਚਾਲ ਚੱਲਣ ਦੱਸਣਗੇ ਤੁਸੀਂ ਕਿੰਨੇ ਕੁ ਪਵਿੱਤਰ ਆ, ਕਿੰਨੇ ਕੁ ਇਮਾਨਦਾਰ ਆ, ਕਿੰਨੇ ਕੁ ਪ੍ਰਭੂ ਦੇ ਬਚਨਾਂ ਦੇ ਉੱਪਰ ਚੱਲਣ ਵਾਲੇ। ਬੋਲੋ ਹਾਲੇਲੂਯਾ 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 ਹਾਲੇਲੂਯਾ। ਹੁਣ ਦੱਸੋ ਆਪਾਂ ਕਿੰਨੇ ਟੌਪਿਕ ਪੜ ਚੁੱਕੇ ਆ, ਹਾਹਾ ਕਰ ਦਿਓ ਭਾਈਆਂ ਦੇ ਵਿੱਚੋਂ। ਕਿੰਨੇ ਪੜ ਚੁੱਕੇ ਆ? ਸੱਤ ਕਿੰਨੇ ਗਿਆ ਸੀ? ਇਧਰੋਂ ਆਵਾਜ਼ ਆਈ ਸੀ ਭਾਈਆਂ ਕੋਲ ਕਿੰਨੇ ਪੜ ਚੁੱਕੇ ਆ? ਛੇ। ਫਟਾਫਟ ਕੰਟੀਨਿਊ ਕਰਦੀ ਹੈ, ਸੱਤਵਾਂ ਵੀ ਪੜ੍ਹਦੇ ਸੀ ਫਿਰ ਵਿਚਾਰ ਕਰੀਏ ਜੀ। ਧਰਮੀ ਦੀਆਂ ਸਮਾਧਾਂ ਸਵਾਰਦੇ ਆ ਲੇਕਿਨ ਉਹਨਾਂ ਦਾ ਜੀਵਨ ਨਹੀਂ ਦੇਖਦੇ। ਹਾਲੇਲੂਯਾ ਕਹਿੰਦੇ ਫਰੀਸੀ ਤੇ ਗ੍ਰੰਥੀ ਤੁਹਾਡੇ ਉੱਤੇ ਹਾਏ ਹਾਏ। ਤੁਸੀਂ ਪਾਸਟਰਾਂ ਦੇ ਵੱਲ ਧਿਆਨ ਦਿੰਦੇ ਆ ਲੇਕਿਨ ਤੁਸੀਂ ਉਹਨਾਂ ਦੀ ਮਿਹਨਤ ਨਹੀਂ ਦੇਖਦੇ ਆ। ਲਿਖਿਆ ਤੁਸੀਂ ਧਰਮੀ ਦੀਆਂ ਜਿਹੜੀਆਂ ਖਬਰਾਂ ਉਹਨਾਂ ਨੂੰ ਸਵਾਰਦੇ ਆ, ਦੇਖਦੇ ਨਹੀਂ ਆ ਕਿ ਉਹ ਧਰਮੀ ਬੰਦਾ ਉਹ ਕਿੱਦਾਂ ਪ੍ਰਭੂ ਦੇ ਵਿੱਚ ਹੋ ਕੇ ਮਰਿਆ ਆ। ਤਾਨੀ ਉਮਰ ਦੇ ਜਿਹੜੇ ਪ੍ਰਭੂ ਦੇ ਵਿੱਚ ਹੋ ਕੇ ਮਰਦੇ ਆ, ਏਦਾਂ ਬਾਈਬਲ ਆਖਦਾ ਆ, ਪਾਪ ਰਹਿਤ ਹੋ ਕੇ ਮਰਦੇ ਆ, ਪ੍ਰਭੂ ਦੇ ਬਚਨਾਂ ਦੇ ਮੁਤਾਬਿਕ ਹੋ ਕੇ ਮਰਦੇ ਆ, ਤਾਨੀ ਉਮਰ ਦੇ। ਹਾਲੇਲੂਯਾ ਹਾਲੇਲੂਯਾ। ਅੱਜ ਵੀ ਬਹੁਤ ਲੋਕ ਆ ਜਿਹੜੇ ਕਬਰਾਂ ਨੂੰ ਪੂਜਦੇ ਆ, ਜਿਹੜੇ ਕਬਰਾਂ ਦੇ ਉੱਤੇ ਜਾਂਦੇ ਆ, ਲੇਕਿਨ ਪਰਮੇਸ਼ੁਰ ਇਸ ਤਰ੍ਹਾਂ ਦਾ ਜੀਵਨ ਨਹੀਂ ਪਸੰਦ ਕਰਦੇ। ਉਹ ਜਿਹੜਾ ਕਬਰਾਂ ਦੇ ਵਿੱਚ ਚਲ ਕੇ ਆਇਆ ਜਿੱਦਾਂ ਦਾ ਉਹਦਾ ਚਾਲ ਚੱਲਣ ਸੀਗਾ ਉਦਾਂ ਦਾ ਆਪਣਾ ਕਰੋ। ਧਰਮੀ ਬੰਦੇ ਦੀ ਮੈਂ ਗੱਲ ਕਰ ਰਿਹਾ, ਕਬਰਾਂ ਦੇ ਵਿੱਚ ਬਹੁਤ ਲੋਕ ਇਹ ਵੇਲੇ। ਹਾਲੇਲੂਯਾ ਹਾਲੇਲੂਯਾ। ਹਾਂਜੀ ਅੱਗੇ ਕੰਟੀਨਿਊ ਕਰੀਏ। ਅਸੀਂ ਆਖਦੇ ਹੋ ਕਿ ਅਸੀਂ ਆਪਣੇ ਪਿਓ ਦਾਦਾ ਦੀ ਰਿੰਦਾ ਵਿੱਚ ਹੁੰਦੇ, ਹਾਂਜੀ, ਤਾਂ ਉਹਨਾਂ ਦਾ ਨਵੀਆਂ ਦੇ ਗੂੜ ਵੀ ਸਾਂਝੀ ਨਾ ਹੁੰਦੇ, ਹਾਂਜੀ, ਤਾਂ ਤੁਸੀਂ ਆਪਣੇ ਉਹਦੇ ਲਈ ਗਵਾਹੀ ਦਿੰਦੇ ਹੋ, ਹਾਂਜੀ, ਜੋ ਤੁਸੀਂ ਨਵੀਆਂ ਦੇ ਗੂੜੀਆਂ ਦੇ ਪੁੱਤਰ ਹਾਂ, ਸੋ ਤੁਸੀਂ ਆਪਣੇ ਪਿਓ ਦਾਦਾ ਦੇ ਮਾਪ ਨੂੰ, ਹਾਂਜੀ, ਭਰੀ ਜਾਓ, ਹਾਂਜੀ, ਇਹ ਸਭੋ ਜਿਹੜੇ ਲੋਕ ਦਿਖਾਵਾ ਕਰਦੇ ਆ, ਜਿਹੜੇ ਲੋਕ ਦਿਖਾਵੇ ਦਾ ਜੀਵਨ ਬਤੀਤ ਕਰਦੇ ਆ, ਆਖਦੇ ਅਸੀਂ ਮਸੀਹ ਆ ਲੇਕਿਨ ਮਸੀਹ ਵਾਲੇ ਕੰਮ ਨਹੀਂ ਆ, ਜਿਹੜੇ ਆਖਦੇ ਆ ਕਿ ਅਸੀਂ ਚਰਚ ਜਾਂਦੇ ਆ ਲੇਕਿਨ ਚਰਚ ਜਾਣ ਵਾਲਿਆਂ ਵਾਲੇ ਕੰਮ ਨਹੀਂ ਆ, ਜਿਹੜੇ ਆਖਦੇ ਆ ਕਿ ਸਾਡਾ ਪਰਮੇਸ਼ੁਰ ਯਿਸੂ ਮਸੀਹ ਆ ਲੇਕਿਨ ਯਿਸੂ ਮਸੀਹ ਵਾਲੇ ਕੰਮ ਨਹੀਂ। ਕਿੰਨਾ ਉਹ ਲੋਕ ਨਰਕ ਦੀ ਅੱਗ ਤੋਂ ਬਚਣਗੇ? ਕਦੀ ਵੀ ਨਹੀਂ ਬਚ ਸਕਦੇ। ਹਾਲੇਲੂਯਾ ਹਾਲੇਲੂਯਾ। ਤੁਹਾਨੂੰ ਆਪਣਾ ਚਾਲ ਚੱਲਣ ਬਦਲਣਾ ਪਵੇਗਾ, ਤੁਹਾਨੂੰ ਆਪਣਾ ਅੰਦਰੋਂ ਸਾਫ਼ ਕਰਨਾ ਪਵੇਗਾ, ਤੁਹਾਨੂੰ ਜਿਹੜੀਆਂ ਤੁਹਾਡੀਆਂ ਜਿਹੜੀਆਂ ਥਾਲੀਆਂ ਆ ਉਹਨਾਂ ਨੂੰ ਅੰਦਰੋਂ ਸਾਫ਼ ਕਰਨਾ ਪਵੇਗਾ, ਬਾਹਰੋਂ ਆਪਣੇ ਆਪ ਸਾਫ਼ ਨਹੀਂ ਕਰ ਸਕਦੇ। ਹਾਲੇਲੂਯਾ ਹਾਲੇਲੂਯਾ। ਤੁਹਾਨੂੰ ਦਸਵੰਧ ਵੀ ਦੇਣਾ ਚਾਹੀਦਾ ਆ ਔਰ ਤੁਹਾਨੂੰ ਬਾਕੀ ਵਚਨ ਵੀ ਪੂਰੇ ਕਰਨੇ ਚਾਹੀਦੇ। ਇਕੱਲਾ ਦਸਵੰਧ ਦੇ ਦੇਣਾ ਕਾਫ਼ੀ ਨਹੀਂ ਹੈ ਕਿ ਜੇ ਤੁਸੀਂ ਕੋਈ ਦਸਵੰਧ ਦੇ ਕੇ ਸਵਰਗ ਦੇ ਵਿੱਚ ਪਹੁੰਚ ਜਾਵਾਂਗੇ, ਨਹੀਂ, ਆਪਣੇ ਆਪ ਨੂੰ ਝੂਠਾ ਦਿਲਾ ਲਾ। ਹਾਲੇਲੂਯਾ ਹਾਲੇਲੂਯਾ। ਬਾਕੀ ਦਾ ਵਚਨ ਆਪਣੇ ਘਰ ਜਾ ਕੇ ਪੜ੍ਹ ਲੈਣਾ, ਜਿਹੜੇ ਬਾਈਬਲ ਪੜ੍ਹਦੇ ਆ ਕੰਟੀਨਿਊ ਕਰਨਾ ਆਪਣੇ ਘਰ ਦੇ ਵਿੱਚ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ।